ਬਲਦਾਜ ਸਿੰਘਾਂ ਸੁਖਬਰਾੜ ਸੋਨੂੰ ਬਾਠ ਲੋਕ ਕਬੱਡੀ ਪੈ ਗਈ ਹੈ। ਇਸ ਸਮੇਂ ਸਿੱਧਵਾਂ ਵਾਲਿਆਂ ਨਾਥ ਹੈ, ਦੁਨੀਆ ਛੋਟੇ ਨਾਥ ਦੇ ਨਾਂ ਦੇ ਨਾਲ ਜਾਣਦੀ ਹੈ। ਇਸ ਨੌਜਵਾਨ ਨੂੰ ਲਓ ਬਾਪ ਨੇ ਤਕੜੀ ਕਬੱਡੀ ਖੇਡੀ ਹੈ। ਲਓ ਨਾਥ ਸੀਹਾਂ ਦੌਦ ਪਿੰਡ ਹੈ, ਨੇਕੋਟਲੇ ਇਲਾਕੇ ਦਾ ਨਾਥ ਆ, ਇਸ ਸਮੇਂ ਕਬੱਡੀ ਪਾ ਰਿਹਾ। ਉਧਰ ਬਿੱਲਾ ਕੋਸ਼ਿਸ਼ ਕਰਦਾ ਇਸ ਸਮੇਂ ਨਨਕਾਣਾ ਸਾਹਿਬ ਦੀ ਟੀਮ ਦੇ ਲਈ ਪਹਿਲਾ ਜਫਾ ਲੱਗ ਪਾਊ ਕਿ ਨਹੀਂ। ਨਾਥ ਆਪਣੀ ਟੀਮ ਦੇ ਹਿੱਸੇ ਬਿਹਤਰੀਨ ਪੁਆਇੰਟ ਦਾ ਵਾਧਾ। ਮੇਰੀ ਬੇਨਤੀ ਹੈ ਵੀ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ, ਜਿਨ੍ਹਾਂ ਨੇ ਟੀ ਸ਼ਰਟਾਂ ਪਾਈਆਂ ਨੇ, ਉਹ ਪਲੀਜ਼ ਬੈਠ ਜਾਣ ਜਾਂ ਵਾਰਮ ਅਪ ਹੋਣ ਇੱਕ ਦਾਇਰੇ ਦੇ ਵਿੱਚ। ਮੇਰੀ ਬੇਨਤੀ ਹੋਵੇਗੀ, ਦੋ ਦੋ ਕੋਚ ਹੋਣਗੇ। ਗੋਰਾ ਅੰਮ੍ਰਿਤਸਰ ਇਲਾਕਾ, ਸਰਹਾਲ ਮੰਡੀ ਪਿੰਡ ਹੈ, ਨਨਕਾਣਾ ਸਾਹਿਬ ਦੀ ਟੀਮ ਹੈ। ਅੱਜ ਸਮੇਂ ਜਤਿੰਦਰ ਜੌਲ ਦੀ ਟੀਮ ਆਖੀਏ, ਸ਼ੰਭੂ ਭਰੋੜੀ ਦੀ ਟੀਮ ਆਖੀਏ, ਇਹ ਅੱਜ ਸਮੇਂ ਖੇਡ ਮੈਦਾਨ ਦੇ ਵਿੱਚ ਸ਼ਾਨਦਾਰ ਨੰਬਰ ਜੋੜ ਗਿਆ। ਇੱਕ ਵਾਰ ਧੰਨਵਾਦ ਕਰ ਦਈਏ ਸਾਰੀ ਟੀਮ ਦਾ। ਉਧਰ ਮਨੀ ਚਾਲ, ਸੋਨੂ ਬਾਠ, ਗੁਰਮੀਤ ਬਰਨਾਲਾ, ਰਵੀ ਧਾਲੀਵਾਲ, ਮਨਵੀਰ ਔਜਲਾ, ਬੂਟਾ ਦਸਾਂਝ, ਸੁੱਖਾ ਦਸਾਂਝ, ਮਨਜੀਤ ਧੂਰਕੋਟ, ਸੂਬਾ ਦੌਧਰ, ਕੁਲਵੰਤ, ਜੋਤੀ ਪੰਧੇਰ, ਹਰਮੀਤ ਬੋਪਾਰਾ, ਸੁੱਖੀ ਕਮਲ, ਗੋਲਡੀ, ਜਗਰਾਜ ਚੰਨਾ, ਅਰਨਵੀਰ ਔਜਲਾ, ਗੈਰੀ ਢਿੱਲੋਂ, ਸ਼ਾਨ ਬਰਾੜ, ਅਮਰਜੀਤ ਬਰਾੜ, ਸੋਨੀ ਗਿੱਲ, ਕਰਮੂ ਧਾਲੀਵਾਲ, ਇਹ ਜਿਹੜੇ ਐਪਸੋਡ ਲਾਇਨਸ ਕਬੱਡੀ ਕਲੱਬ ਦੀ ਟੀਮ ਦੇ ਖਿਡਾਰੀ ਨੇ। ਲੈ ਵੀ ਨੌਜਵਾਨਾਂ, ਭੱਜ ਕੇ ਹੋ ਜਾ, ਓ ਮਾਰੀ ਜਦੋਂ ਛਾਲ ਲਾ ਕੇ। ਇਹ ਪਿੰਦਾ ਹੈ, ਇਹ ਪੰਡੋਰੀ ਵਾਲਾ ਹੈ, ਇਹ ਕੱਲ ਵੀ ਸੋਹਣਾ ਖੇਡਿਆ ਸ਼ਿਕਾਗੋ ਦੇ ਵਿੱਚ, ਆਹ ਦੇਖਦਿਆਂ ਵੀ ਅੱਜ ਵੀ ਸੋਹਣੀ ਟਰਾਈ ਕਰਦਾ, ਅੱਜ ਵੀ ਸੋਹਣੀ ਕੋਸ਼ਿਸ਼ ਕਰਦਾ, ਤੇ ਪੁਆਇੰਟ ਐਪਸੋਡ ਲਾਇਨਸ ਦੀ ਟੀਮ ਦੇ ਸੀ ਹੈ। ਧਰਮਾ ਭਾਜੀ, ਆ ਥੋੜਾ ਇਕੱਠ ਨਾ ਕਰੀਏ, ਇਹ ਬੇਨਤੀ ਹੈ ਹਜੇ ਮੈਚ ਪਹਿਲਾਂ ਨਾ। ਮੇਰੀ ਬੇਨਤੀ ਹੈ ਵੀ ਜਿਹੜੇ ਕੋਚ ਵੀ ਆ ਥੋੜੇ ਜਾਬਤੇ ਦੇ ਵਿੱਚ ਰਹਿਣ। ਮੈਨੂੰ ਪਤਾ ਵੀ ਦੋਨੋਂ ਵੱਡੇ ਬਜਟ ਦੀਆਂ ਟੀਮਾਂ ਨੇ, ਵਧੀਆ ਲੱਗਦਾ ਡਿਸਿਪਲਿਨ। ਜਸਕਰਨ ਸਿੰਘ ਪਰਸਰਾਮਪੁਰੀ ਆ, ਸਿੱਧਵਾਂ ਵਾਲਾ ਕਬੱਡੀ ਅੱਜ ਸਮੇਂ ਪਾ ਕੇ, ਪਰਸਰਾਮਪੁਰੀ ਆ ਜੱਸਾ, ਨਨਕਾਣਾ ਸਾਹਿਬ ਦੀ ਟੀਮ ਦੇ ਹਿੱਸੇ, ਇੱਕ ਬਿਹਤਰੀਨ ਪੁਆਇੰਟ ਦਾ ਵਾਧਾ ਕਰ ਗਿਆ। ਉਧਰ ਰਾਜਾ ਸਿੰਘਾ ਬਾਈ ਕਹਿੰਦਾ ਵੀ ਮਨਕੀਰਤ ਔਰ ਨਿਸ਼ਾਨ ਔਲਖ, ਹੈਰੀ, ਮੋਂਟੀ ਧਾਲੀਵਾਲ, ਫਿੱਡੂ ਚਾਚਾ ਤੇ ਜਗਰਾਜ ਖਹਿਰੇ ਹੋਣਾ ਦਾ ਵੀ ਵਿਸ਼ੇਸ਼ ਤੌਰ ਤੇ ਕਹਿੰਦੇ ਧੰਨਵਾਦ ਕਰਦੇ ਹੋ। ਲਓ ਪਈ ਹੋਈ ਕਬੱਡੀ ਅੱਜ ਸਮੇਂ ਖੇਡ ਮੈਦਾਨ ਦੇ ਵਿੱਚ, ਹੀਰੇ ਦੀ ਕਬੱਡੀ ਹੈ। ਦੂਸਰੇ ਪਾਸੇ ਨਨਕਾਣਾ ਸਾਹਿਬ, ਥੋੜੀ ਸਲਿਪਰੀ ਜ਼ਰੂਰ ਹੈ, ਹਿਲਟਨ ਸਿਕਿਉਰਿਟੀ ਵਾਲਿਓ ਨਵੀਂ ਆਖ ਲਈਏ ਵੀ ਥੋੜੀ ਸਲਿਪਰੀ ਹੈ ਅੱਜ ਸਮੇਂ ਸਿੱਧਵਾਂ ਵਾਲਿਆਂ, ਤੇ ਮੌਸਮ ਜਿਹੜਾ ਸਮੇਂ ਸਮੇਂ ਤੇ ਕਰਵਟ ਬਦਲੇਗਾ। ਕਰਦੇ ਗੱਲ ਅੱਜ ਸਮੇਂ ਨਨਕਾਣਾ ਸਾਹਿਬ ਦੀ ਟੀਮ ਦੇ ਲਈ ਕੌਣ ਕਬੱਡੀ ਪਾ ਰਿਹਾ। ਉਧਰ ਟੇਸੀ ਸਾਹਿਬ, ਤੁਸੀਂ ਇੱਕ ਲਿਸਟ ਲੈ ਕੇ ਗਏ ਸੀ, ਉਹ ਜ਼ਰੂਰ ਪਹੁੰਚਦੀ ਕਰਦੇ ਹੋ ਦੋਨੋਂ। ਹਲੋ ਅੱਜ ਸਮੇਂ ਫਿਰ ਕੋਸ਼ਿਸ਼, ਗੋਲਡਨ ਬੁਆਏ ਕੋਸ਼ਿਸ਼ ਕਰ ਰਿਹਾ, ਤੇ ਪੁਆਇੰਟ ਨਨਕਾਣਾ ਸਾਹਿਬ ਦੀ ਟੀਮ ਦੇ ਹਿੱਸੇ ਹੈ। ਲਓ ਅਗਲੀ ਕਬੱਡੀ ਐਪੀਸੋਡ ਵੱਲੋਂ, ਇਹ ਆ ਹੈਪੀ ਇਸ ਸਮੇਂ ਕੋਟ ਭਾਈ ਵਾਲਾ, ਤੇ ਦੂਸਰੇ ਪਾਸੇ ਹੁਣ ਵੇਖਾਂਗੇ ਆ ਵੈਰੂਕੇ ਵਾਲਾ ਸਰਪੰਚ। ਪਰ ਪੁਆਇੰਟ ਇਸ ਸਮੇਂ ਹੈਪੀ ਇੱਕ ਅੰਗ ਦਾ ਵਾਧਾ ਐਪੀਸੋਡ ਕਬੱਡੀ ਕਲੱਬ ਲਈ ਕਰਦਾ ਹੋਇਆ। ਚੱਲ ਵੀ ਰੱਜੀ ਗੁੰਦਲ ਪਾ ਅਗਲੀ ਕਬੱਡੀ, ਇਹ ਆ ਲੈਂਦੇ ਪੰਜਾਬ ਪਾਕਿਸਤਾਨ ਦੇ ਬੱਗੇ ਪਿੰਡ ਦਾ, ਇਹ ਆ ਰੱਜੀ ਗੁੰਦਲ ਅਗਲੀ ਕਬੱਡੀ ਨਨਕਾਣਾ ਸਾਹਿਬ ਕਬੱਡੀ ਕਲੱਬ ਵੱਲੋਂ ਪਾਉਂਦਾ ਹੋਇਆ। ਇੱਧਰ ਚਾਰ ਨੇ ਇੱਕ ਪਾਸੇ ਵੈਸੇ ਜੱਟ ਲੱਗਿਆ ਹੋਇਆ, ਜਾਂ ਉਗੋਕੇ ਵਾਲਾ ਆ, ਜਾਂ ਗੋਲਡਨ ਬੁਆਏ, ਜਾਂ ਛਾਕਾ ਦਿਆਲਪੁਰੀਆ, ਆ ਕਰਾਊ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ। ਹੁਣ ਵੇਖਾਂਗੇ ਕੌਣ ਅੱਗੇ ਵੱਧ ਕੇ, ਬੱਲੇ ਬੱਲੇ ਬੱਲੇ, ਇਹ ਆ ਦਿਆਲਪੁਰ ਵਾਲਾ, ਇਸ ਸਮੇਂ ਛਾਕਾ, ਇੱਕ ਜਲੰਧਰ ਜ਼ਿਲ੍ਹਾ, ਦੂਜਾ ਕਪੂਰਥਲਾ, ਦੋ ਜ਼ਿਲ੍ਹਿਆਂ ਵਿੱਚ ਪੈਂਦਾ ਪਿੰਡ ਦਿਆਲਪੁਰ। ਸੋ ਬਹੁਤ ਸੋਹਣਾ ਪੁਆਇੰਟ ਇਸ ਸਮੇਂ ਛਾਕਾ ਦਿਆਲਪੁਰੀਆ, ਦਲਵਿੰਦਰ ਦਿਆਲਪੁਰੀ, ਵਧੀਆ ਮੇਲਿਆਂ ਦਾ ਬਾਦਸ਼ਾਹ ਕਲਾਕਾਰ ਉਸੇ ਹੀ ਨਗਰ ਦਾ, ਇਹ ਆ ਇਸ ਸਮੇਂ ਇੱਕ ਅੰਗ ਦਾ ਵਾਧਾ ਕਰਦਾ ਹੋਇਆ। ਛੋਟੇ ਨਾਥ ਦੀ ਅਗਲੀ ਕਬੱਡੀ ਆ, ਉਧਰ ਛੋਟਾ ਨਾਥ ਕਬੱਡੀ ਪਾ ਰਿਹਾ, ਸਾਬੀ ਕੁੰਦਰ ਵੀ ਪੁੱਜਿਆ ਹੋਇਆ। ਲਓ ਜੈਜੀ ਬੀ ਹੋਣਾ ਨੇ ਵੱਡੇ ਪ੍ਰਾਈਜ਼ ਸਪਾਂਸਰ ਕੀਤੇ ਹੈ, ਯਾਰਾਂ ਨਾਲ ਯਾਰੀਆਂ ਨੇ, ਉਹ ਦੇਖਿਓ ਅੱਜ ਸਮੇਂ ਪਰਮ ਗਿੱਲ ਜੀ, ਢੁੱਡੀ ਕੇ ਪਿੰਡ ਹੈ,
ਵਿਸ਼ੇਸ਼ ਤੌਰ ਤੇ ਗਾਸ਼ੇ ਉਹਨਾਂ ਦਾ ਨਾਮ ਦੇ ਬਾਬਾ ਭਾਰ ਨੇ ਗੋਰੇ ਨੇ ਕਬੱਡੀ ਪਾਈ ਹੈ ਸਿੱਧਵਾਂ ਵਾਲਿਆ। ਅੱਜ ਸਮੇਂ ਮੌਸਮ ਸਮਾਂ ਮੌਸਮ ਬਦਲ ਗਿਆ, ਇਸ ਸਮੇਂ ਉਹ ਪੂਰੀ ਜਿਹੜੀ ਆਰਗੇਨਾਈਜ਼ਰ ਹੈ ਪੱਬਾ ਭਾਰ ਹੈ ਗੋਰੇ ਨੇ ਕਬੱਡੀ ਪਾ ਦਿੱਤੀ ਹੈ। ਨੀਟੇ ਹੁਣੀ ਪੁੱਜ ਗਏ, ਅੱਜ ਤਾਂ ਨੀਟਿਆ ਸਮੇਂ ਨਾਲ ਪੁੱਜ ਗਏ ਹੋ, ਧੰਨਵਾਦ। ਲਓ ਪਹੀ ਕਬੱਡੀ ਗੋਰੇ ਦੀ ਫੜਿਆ ਹੋਇਆ ਗੁੱਟ ਹੈ ਤੇ ਭਦੌੜ ਵਾਲਾ ਪੱਪੂ ਵੀ ਐਨ ਖੁਸ਼ ਹੈ ਵੀ ਪਿਛਲੀ ਵਾਰੀ ਥੋੜੀ ਥੋੜੀ ਦਿੱਕਤ ਆਈ ਸੀ ਫਲਾਈਟ ਦੇ ਵਿੱਚ ਪਰ ਸਮੇਂ ਨਾਲ ਅੱਜ ਪੁੱਜ ਗਏ। ਕਦੇ ਸ਼ਿਕਾਗੋ ਤੋਂ 8 ਘੰਟੇ ਦੀ ਡਰਾਈਵ, ਟਰਾਂਟੋ ਤੇ ਟਰਾਂਟੋ ਤੋਂ ਮੈਨੂੰ ਲੱਗਦਾ ਵੀ 6 ਵਜੇ ਵਾਲੀ ਅਰਲੀ ਫਲਾਈਟ ਲੈ ਕੇ ਜ਼ਰੂਰ ਪੁੱਜੇ ਹੋਣਗੇ। ਪਰ ਉਹ ਦੇਖਿਓ ਪਈ ਹੋਈ ਕਬੱਡੀ ਮੈਦਾਨ ਦੇ ਵਿੱਚ, ਫੇਰ ਸਿੱਧਵਾਂ ਵਾਲਿਆ ਕਬੱਡੀ ਮੈਦਾਨ ਦੇ ਵਿੱਚ ਹੈ। ਲਓ ਇਹ ਆ ਪੈਂਟਾ ਸਮੇਤ ਤਲਵਣਾਂ ਦੀ ਧਰਤੀ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਤੇ ਹਲਕਾ ਟੱਚ ਤੇ ਰੂਬੀ ਦਾ ਫੈਸਲਾ ਧਾਵੀ ਦੇ ਹੱਕ ਵਿੱਚ ਹੁੰਦਾ ਹੋਇਆ। ਚੱਲ ਵੀ ਜੱਸਿਆ ਪਾ ਅਗਲੀ ਕਬੱਡੀ, ਇਹ ਪਰਸਰਾਮਪੁਰ ਜ਼ਿਲ੍ਹੇ ਜਲੰਧਰ ਵਾਲਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ। ਉੱਧਰ ਜੂਰੀ ਬੇਨਤੀ ਹੈ ਅਫੀਸ਼ੀਅਲ ਵੀਰਾਂ ਵੱਲੋਂ ਕਿ ਜੇ ਕੋਈ ਡਿਸਟਰਬੈਂਸ ਹੁੰਦੀ ਆ ਪਲੀਜ਼ ਕੋਈ ਬਲੌਕ ਨਾ ਕਰੇ ਕੋਈ ਵੀ ਕੋਚ ਮੈਨੇਜਰ ਤੇ ਪੁਆਇੰਟ ਦੂਜੇ ਬੰਨੇ ਦਿੱਤਾ ਜਾਊਗਾ। ਸੋ ਹੱਥ ਬਲਕ ਮਿਲੋ ਗੋਲਡਨ ਬੁਆਏ, ਪਰ ਪੁਆਇੰਟ ਪਰਸਰਾਮਪੁਰੀ ਹੈ ਜੱਸਾ ਇੱਕ ਅੰਗ ਦਾ ਵਾਧਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਇਸ ਸਮੇਂ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਦਾ। ਉੱਧਰ ਸਾਡੇ ਹਿਲਟਨ ਸਕਿਉਰਟੀ ਵੀਰ ਵੱਲੋਂ ਬੇਨਤੀ ਆ ਕਿ ਜਿਹੜੀਆਂ ਗੱਡੀਆਂ ਉਹ ਬਿਲਕੁਲ ਸਹੀ ਢੁਕਵੇਂ ਥਾਂ ਤੇ ਪਾਰਕ ਕੀਤੀਆਂ ਜਾਣ ਤੇ ਬਹੁਤ ਬਹੁਤ ਧੰਨਵਾਦ ਹੋਵਾਂਗੇ। ਲੈ ਵੀ ਗੱਲ ਹੀਰੇ ਦੀ ਕਬੱਡੀ ਮੈਦਾਨ ਦੇ ਵਿੱਚ ਹੈ, ਹੀਰੇ ਦੀ ਕਬੱਡੀ ਮੈਦਾਨ ਦੇ ਵਿੱਚ ਹੈ। ਮੇਰੀ ਬੇਨਤੀ ਹੈ ਵੀ ਜਿਹੜੇ ਵੀਰ ਚੇਰਾਂ ਦੇ ਬੈਠੇ ਆ ਉੱਠੇ ਉਹਨਾਂ ਬਾਅਦ ਚ ਮਿਲਣੀ ਨਹੀਂ, ਕਿਉਂਕਿ ਬਾਇਲਾ ਵਾਲਿਆਂ ਨੇ ਇਹ ਫੈਸਲਾ ਕੀਤਾ ਵੀ ਹੋਰ ਚੇਰਾ ਤੇ ਸੀ ਸਾਹਿਬ ਗਰਾਊਂਡ ਚ ਨਾ ਕਹਿੰਦੇ ਲੈ ਕੇ ਆਇਓ, ਫੈਂਸ ਤੋਂ ਪਿੱਛੇ ਜ਼ਰੂਰ ਜਿਹੜੀ ਚੇਅਰ ਰੱਖ ਲਿਓ, ਫੈਂਸ ਤੋਂ ਪਿੱਛੇ ਜਿਹੜੀਆਂ ਚੇਅਰਾਂ ਰੱਖ ਲਿਓ। ਰੌਲਾ ਹੀ ਕੁਰਸੀ ਦਾ ਸਿੱਧਵਾਂ ਵਾਲਿਆ, ਰੌਲਾ ਹੀ ਕੁਰਸੀ ਦਾ, ਪਰ ਇਸ ਸਮੇਂ ਆਓ ਅੱਜ ਦੇਖਾਂਗੇ ਜੀਵਨ ਜੀ ਕੌਣ ਪੈਰਾਂ ਭਾਰ ਬਹਿ ਕੇ ਦੇਖ ਸਕਦਾ। ਇਹ ਗੱਲ ਹੁਣ ਪੈਰਾਂ ਭਾਰ ਬਹਿਣਾ ਵੀ ਔਖਾ ਹੈ, ਪਰ ਇਹ ਸਮੇਂ ਦੀਆਂ ਬਾਤਾਂ ਨੇ। ਫਿਰ ਕਬੱਡੀ ਮੈਦਾਨ ਦੇ ਵਿੱਚ ਸਿੱਧਵਾਂ ਵਾਲਿਆ, ਲਿੱਤਰਾਂ ਵਾਲਾ ਦੀਪਾ ਕਬੱਡੀ ਪਾ ਰਿਹਾ, ਲਿੱਤਰਾਂ ਦੇ ਮੇਲੇ ਵਿੱਚ ਮਿਲੀ ਹੈ ਸਫਾਰੀ ਬਈ। ਲਓ ਗੱਲਾਂ ਕਲਜੀਤੇ ਦੀਆਂ ਹੋਈਆਂ, ਇਹ ਉਹੀ ਲਿੱਤਰਾ ਇਹ ਉਹੀ ਦੀਪਾ, ਉਹ ਦੇਖਿਓ ਕਬੱਡੀ ਦੇ ਮੈਦਾਨ ਦੇ ਵਿੱਚ ਨਨਕਾਣਾ ਸਾਹਿਬ ਦੀ ਟੀਮ ਦੇ ਹਿੱਸੇ ਇੱਕ ਪੁਆਇੰਟ ਦਾ ਵਾਧਾ ਹੋ ਗਿਆ, ਇੱਕ ਪੁਆਇੰਟ ਦਾ ਵਾਧਾ ਹੋ ਗਿਆ। ਚੱਲ ਵੀ ਹੈਪੀ, ਇਹ ਆ ਹੈਪੀ ਬੁਆਏ ਇਸ ਸਮੇਂ ਕੋਟ ਭਾਈ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ। ਇੱਧਰ ਚਾਰਾਂ ਵਿੱਚੋਂ ਕੌਣ ਅੱਗੇ ਵੱਧ ਕੇ ਚੇਤਨੀਓ ਬੰਦੇ ਨੂੰ ਦਿਲਾਉਣਾ ਚਾਹੀਦਾ, ਆ ਮਿੱਥਿਆ ਮਕਾਮ ਸਦਾ ਪਾਉਣਾ ਚਾਹੀਦਾ। ਹੁਣ ਵੇਖਾਂਗੇ ਆ ਪ੍ਰਦੀਪ ਹਿੰਮਤਪੁਰੇ ਵਾਲਾ ਇਸ ਸਮੇਂ ਲਾ ਪਾਊ ਜੱਫਾ, ਉਹ ਵਾਓ ਸੋਹਣਿਆ ਬੜੀ ਡੋਜ ਮਾਰ ਕੇ ਇਸ ਸਮੇਂ ਵਾਓ ਹੈਪੀ ਨਹੀਂ ਰੀਸਾਂ ਦੇ ਰਹੀਆਂ। ਇਹ ਆ ਹੈਪੀ ਕੰਗ ਦਾ ਵਾਧਾ ਪਿਆਰ ਦੇ ਨਾਲ ਖੇਡ ਕਬੱਡੀ ਕੇ ਜਵਾਨੋਂ ਬਚ ਕੇ ਨਸ਼ਿਆਂ ਤੋਂ ਮੋਹ ਕਬੱਡੀ ਦੇ ਨਾਲ ਪਾਵੋ, ਇਹ ਖੇਡ ਪਿਆਰਾਂ ਦੀ ਨਾਂ ਨੂੰ ਧੜਿਆਂ ਵਿੱਚ ਵੰਡਾਵੋ, ਲਿਖੇ ਕਬੱਡੀ ਸ਼ਾਨ ਪੰਜਾਬੀਆਂ ਦੀ, ਇਹਦਾ ਉੱਚਾ ਨਾਂ ਜਮਕਾਵੋ, ਨਸ਼ੇ ਤੋਂ ਬਚ ਕੇ ਕਬੱਡੀ ਨਾਲ ਮੋਹ ਪਾਵੋ। ਲਓ ਰੱਜੀ ਗੁੰਦਲ ਬੱਗੇ ਪਿੰਡ ਵਾਲਾ ਲੈਂਦੇ ਪਾਕਿਸਤਾਨ ਦਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨਨਕਾਣਾ ਸਾਹਿਬ ਕਬੱਡੀ ਕਲੱਬ ਵੱਲੋਂ। ਦੂਸਰੇ ਪਾਸੇ ਆ ਵੈਸ ਯੱਟ, ਇਹ ਵੀ ਇਸ ਸਮੇਂ ਲੈਂਦੇ ਪੰਜਾਬ ਦਾ, ਪਰ ਪੁਆਇੰਟ ਰੱਜੀ ਗੁੰਦਲ ਇੱਕ ਅੰਗ ਦਾ ਵਾਧਾ। ਰੱਜੀ ਗੁੰਦਲ ਆਪਣੀ ਖੇਡ ਕਲੱਬ ਦੇ ਹਿੱਸੇ ਪੁਆਇੰਟ ਜੋੜ ਗਿਆ। ਉਧਰ ਨਿਊਟਨ ਨਿਊ ਪੁਆਇੰਟ ਇੰਸ਼ੋਰੈਂਸ, ਸਕੋਟ ਰੋਡ ਇੰਸ਼ੋਰੈਂਸ, ਬੀਜੀਐਲ ਬਲ ਇਮੀਗ੍ਰੇਸ਼ਨ ਦਾ ਧੰਨਵਾਦ, ਵੱਡੇ ਸਹਿਯੋਗ ਨੇ। ਨਾ ਦੀ ਕਬੱਡੀ ਹੈ ਸਰਸਾ ਸਾਹਿਬ, ਉਹ ਦੇਖਿਓ ਕਬੱਡੀ ਪਾ ਰਹੀ ਹੈ ਅੱਜ ਸਮੇਂ, ਇਹ ਪਈ ਹੋਈ ਕਬੱਡੀ ਮੈਦਾਨ ਦੇ ਵਿੱਚ ਹੈ। ਦੂਸਰੇ ਪਾਸੇ ਪੰਡੋਰੀ ਵਾਲਾ ਕਰੂ ਕੋਸ਼ਿਸ਼ ਕਿ ਨਹੀਂ, ਕੌਣ ਟਰਾਈ ਕਰਦਾ, ਸਿੱਧਵਾਂ ਵਾਲੇ ਉਖੜਦੇ ਪੈਰ, ਵੱਜਦੇ ਧੱਫੇ, ਲਓ ਥੋੜੀ ਸਲਿਪਰੀ ਹੈ, ਫੜਿਆ ਹੋਇਆ ਜੱਗਾ ਕੋਸ਼ਿਸ਼ ਕਰ ਰਿਹਾ ਇਸ ਸਮੇਂ। ਜੰਡਿਆਲਾ ਮੰਝ ਕੀ ਪਿੰਡ ਹੈ ਜਿੱਥੋਂ ਦੇ ਜਤਿੰਦਰ ਨੇ ਵੀ ਵੱਖਰੇ ਰਿਕਾਰਡ
ਖੇਡ ਪ੍ਰਮੋਟਰਾਂ ਦੇ ਵਿੱਚ ਬਣਾਏ ਹੈ, ਖੇਡ ਪ੍ਰਮੋਟਰਾਂ ਦੇ ਵਿੱਚ ਬਣਾਏ ਹੈ। ਲਓ ਪਈ ਹੋਈ ਅਗਲੀ ਕਬੱਡੀ ਗੋਰੇ ਦੀ ਹੈ, ਸਾਬੀ ਪੁੱਜਿਆ ਹੋਇਆ ਕੋਟ ਗੰਗੂ ਰਾਏ ਵਾਲਾ। ਲਓ ਵੱਡਾ ਮੇਲਾ ਆਜ਼ਾਦ ਦਾ, ਪੰਜਾਬ ਕੇਸਰੀ ਦਾ। ਲਓ ਵੱਡੀ ਕਲੱਬ ਹੋਣ ਦੇ ਵਿੱਚ ਆਈ ਹੈ। ਆਜ਼ਾਦ ਦਾ ਮੈਚ ਜਦ ਹੁੰਦਾ ਸੀ ਤੇ ਦੁਨੀਆ ਆਪ ਬਹਾਰੇ ਜਿਹੜੀ ਪੁੱਜਦੀ ਸੀ, ਲੈ ਵੀ ਸਾਬੀ ਅੱਜ ਰਿਕਾਰਡ ਬਣ ਗਏ। ਪਰ ਹੁਣ ਦੇਖਦੇ ਹੈ ਪਈ ਹੋਈ ਕਬੱਡੀ ਗੋਰੇ ਦੀ ਹੈ, ਤੇ ਇੱਧਰ ਡੱਬਰ ਫੇਰ ਗੋਰੇ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਜੋੜ ਲਿਆ। ਗੋਰੇ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਜੁੜ ਲਿਆ। ਲੱਖਾ ਸਿੱਧਵਾਂ ਜੀ ਨਾਲ ਪ੍ਰੋਫੈਸਰ ਮੱਖਣ ਸਿੰਘ ਜੀ ਨਾਲ ਹੀ ਢੇਸੀ ਹੋਣੀ ਵੀ ਸਾਡੇ ਭਰਾ ਬਿਜ਼ੀ ਨੇ। ਲਓ ਪਈ ਹੋਈ ਕਬੱਡੀ ਅੱਜ ਸਮੇਂ ਜੈਜੀ ਵੀ ਚਮਕੀਲਾ ਇੱਕ ਕੂਨਰਾ ਦਾ ਸਾਬੀ। ਜਿਉਂਦੇ ਰਹਿਣ ਬਾਈ ਸਾਰੇ ਯਾਰ ਜੋ ਪੰਜਾਬੀ, ਸੁਖੀ ਕਕਰਾਲੇ ਰਹਿਣ ਕੈਮ ਸਰਦਾਰੀਆਂ। ਜਿੰਦਾਬਾਦ ਯਾਰਾਂ ਦੀਆਂ ਯਾਰੀਆਂ, ਜਿੰਦਾਬਾਦ ਪਿੰਟਾ ਤਲਵਣ ਵਾਲਾ ਤੇ ਬਿੱਲਾ ਗੁੱਜਰ 208 ਚੱਕ ਪਿੰਡ ਫੈਸਲਾਬਾਦ ਦਾ ਜ਼ਿਲ੍ਹਾ ਬਿੱਲੇ ਗੁੱਜਰ ਦਾ ਲੈਂਦੇ ਪੰਜਾਬ ਪਾਕਿਸਤਾਨ ਵਾਲਾ, ਪਰ ਪੁਆਇੰਟ ਪਿੰਟਾ ਤਲਵਣ ਦੀ ਧਰਤੀ ਦਾ ਇੱਕ ਅੰਗ ਦਾ ਵਾਧਾ ਕਰਦਾ। ਇਹ ਆ ਜੱਸਾ ਇਸ ਸਮੇਂ ਆ ਪਰਸਰਾਮਪੁਰ ਦੀ ਧਰਤੀ ਦਾ। ਦੂਸਰੇ ਪਾਸੇ ਇੱਕ ਕੰਨੀ ਤੇ ਹੁਣ ਵੇਖਾਂਗੇ ਉੱਗੋਕੇ ਵਾਲਾ ਆ ਚਿੱਟੀ ਵਾਲਾ ਜਾਂ ਛਾਕਾ, ਕੌਣ ਸੋਨੀ ਫੱਕਰ ਝੰਡੇ ਵਾਲਾ ਕਰਾਊ ਬੱਲੇ ਬੱਲੇ। ਲੋਇਆ ਸੋਨੀ ਇਸ ਸਮੇਂ ਆ ਫੱਕਰ ਝੰਡੇ ਵਾਲਾ ਤੇ ਜੱਸਾ ਜੱਸਾ ਦੇ ਸੋਨੀ ਫੱਕਰ ਝੰਡਾ ਪਿੰਡ ਸਿੱਧਮਾਂ ਵਾਲਿਆ ਤੋਚੀ ਨੇ ਆਪਣੇ ਸਮੇਂ ਦੇ ਵਿੱਚ ਮਸ਼ਹੂਰ ਕੀਤਾ ਸੀ। ਇਹ ਉਹੀ ਫੱਕਰ ਝੰਡਾ ਪਿੰਡ ਹੈ। ਇੱਧਰ ਦੇਖਦੇ ਵੀ ਮੇਜਰ ਸਿੰਘ ਜੀ ਬਰਾੜ ਤੇ ਜਲੰਧਰ ਸਿੰਘ ਜੀ ਸਿੱਧੂ ਸਾਡੇ ਵੀਰ ਨੇ, ਵੱਡੀ ਜ਼ਿੰਮੇਵਾਰੀ ਹੈ ਮੇਜਰ ਬਰਾੜ ਦੇ ਕੰਧਿਆਂ ਦੇ ਉੱਪਰ। ਪ੍ਰਧਾਨਗੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ, ਪ੍ਰੈਜ਼ੀਡੈਂਟ ਨੇ। ਵਧੀਆ ਖੇਡ ਮੇਲੇ ਹੋਣ, ਡਿਸਿਪਲਨ ਦੇ ਵਿੱਚ ਹੋਣ। ਲਓ ਹੀਰੇ ਭੱਟ ਦੇ ਨਾਲ ਪੰਡੋਰੀ ਵਾਲਾ ਕਹਿੰਦੇ ਟਰਾਈ ਕਰਦਾ। ਲਓ ਪਿੰਦੇ ਦੇ ਨਾਲ ਹੀਰੇ ਦੀ ਟੱਕਰ ਪੰਜਾਬ। ਓ ਅੱਜ ਸਮੇਂ ਤੇ ਪੁਆਇੰਟ ਐਬਸਫੋਰਡ ਲਾਇਨਸ ਦੀ ਟੀਮ ਦੇ ਹਿੱਸੇ ਹੈ, ਇੱਕ ਪਾਸੇ ਨਨਕਾਣਾ ਸਾਹਿਬ ਦੀ ਟੀਮ ਦੇ ਹਿੱਸੇ ਹੈ। ਸਿੱਧਵਾਂ ਵਾਲਿਆ ਅੱਜ ਸਮੇਂ ਅਸਮਾਨ ਦੇ ਵਿੱਚ ਦੇਖ, ਹਲਕੀ ਹਲਕੀ ਬੱਦਲਵਾਈ ਹੈ। ਪਰ ਇੱਧਰ ਅਗਲੀ ਕਬੱਡੀ ਪੈ ਗਈ ਹੈ। ਭਾਰਤ ਟੀ ਟਵੰਟੀ ਜਿੱਤ ਗਿਆ, ਦੂਜੀ ਵਾਰ ਜਿੱਤਿਆ 2007 ਤੋਂ ਬਾਅਦ। ਕਹਿੰਦੇ ਟੀ ਟਵੰਟੀ ਦੇ ਵੱਡੇ ਖਿਡਾਰੀਆਂ ਨੇ ਰਿਟਾਇਰਮੈਂਟ ਦੀ ਵੀ ਐਲਾਨ ਕਰ ਦਿੱਤਾ ਹੈ। ਪਰ ਇੱਧਰ ਦੇਖਦੇ ਹਾਂ ਵੀ ਅੱਜ ਫਿਰ ਜੱਗਾ ਜਿਹੜੀ ਵੱਡੀ ਕੋਸ਼ਿਸ਼ ਕਰਦਾ ਹੈ, ਵੱਡੀ ਕੋਸ਼ਿਸ਼ ਕਰਦਾ। ਅਗਲੀ ਕਬੱਡੀ ਫਿਰ ਐਬਸਫੋਰਡ ਲਾਇਨਸ ਦੀ ਟੀਮ ਦੀ ਤਰਫੋਂ ਪੈ ਗਈ ਹੈ। ਇਸ ਸਮੇਂ ਅਗਲੀ ਕਬੱਡੀ ਹੈ ਹੈਪੀ ਐਬਸਫੋਰਡ ਕਬੱਡੀ ਕਲੱਬ ਵੱਲੋਂ ਪਾਉਂਦਾ ਹੋਇਆ। ਇੱਕ ਕੰਨੀ ਤੇ ਪੰਡੋਰੀ ਵਾਲਾ ਲੱਗਿਆ ਹੋਇਆ, ਆ ਦੂਜੇ ਪਾਸੇ ਹਿੰਮਤਪੁਰੀਆ ਲੱਗਿਆ ਜਾਂ ਵੈਰੋਕੇ ਵਾਲਾ। ਆ ਸਰਪੰਚ ਬਿੱਟੂ ਸਰਪੰਚ ਸਿੱਖ ਸਰਦਾਰ, ਹੁਣ ਵੇਖਾਂਗੇ ਕੋ ਜਾਏ ਕੱਦ ਕੱਦ ਪਰ ਪੁਆਇੰਟ। ਬੜਾ ਤੇਜ਼ ਤਰਾਰ ਧਾਵੀ ਹੈ ਹੈਪੀ ਕੋਟ ਭਾਈ ਵਾਲੇ ਕੰਗ ਦਾ ਵਾਧਾ। ਮੇਜਰ ਸਿੰਘ ਜੀ ਬਰਾੜ ਸਾਹਿਬ, ਜਿੰਦਰ ਸਿੱਧੂ ਜੀ ਸਪੈਸ਼ਲ ਤੌਰ ਤੇ ਪਹੁੰਚੇ ਹੋਏ ਨੇ, ਪ੍ਰਧਾਨ ਨੇ, ਮੇਜਰ ਬਰਾੜ ਜੀ ਪ੍ਰੈਜ਼ੀਡੈਂਟ ਨੇ ਫੈਡਰੇਸ਼ਨ ਦੇ, ਧੰਨਵਾਦ। ਲਓ ਰੱਜੀ ਗੁੰਦਲ ਦੀ ਕਬੱਡੀ ਗਲਪ ਵਾਲਿਆ ਇਸ ਸਮੇਂ ਲੈਂਦੇ ਪੰਜਾਬ ਆ ਪਾਕਿਸਤਾਨ ਵਾਲਾ। ਭੁਪਿੰਦਰ ਸਿੰਘ ਜੀ ਸਹੋਤਾ, ਮਨਰਾਜ ਸਿੰਘ ਜੀ ਬੈਂਸ, ਮਨਜੋਤ ਸਿੰਘ ਜੀ ਢੀਂਸਾ ਸਾਹਿਬ, ਉਹ ਚੇਜੇ ਤੌਰ ਤੇ ਪੁੱਜ ਗਏ, ਵੱਡੇ ਸਹਿਯੋਗ ਨੇ ਇਹਨਾਂ ਸਾਰੇ ਭਰਾਵਾਂ ਦੇ। ਏਵਨ ਟਰੱਸਟ ਵਾਲੇ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਵੱਡਾ ਸਹਿਯੋਗ ਅੱਜ ਦੇ ਕਬੱਡੀ ਕੱਪ ਲਈ ਹੈ, ਅੱਜ ਦੇ ਵੱਡੇ ਕਬੱਡੀ ਕੱਪ ਦੀ। ਆਓ ਬੜਾ ਦੇਖ ਚੱਲਿਆ, ਅੱਜ ਮੈਚਿੰਗ ਹੋ ਗਈ ਹੈ ਤੇ ਇਸ ਸਮੇਂ ਹਿਲਟਨ ਸਿਕਿਉਰਿਟੀ। ਇਹ ਫਾਦਰ ਸਾਹਿਬ ਦੇ ਬਾਪੂ ਦਾ ਕੜ ਮਸਾ ਦਾ ਹੱਥ ਆਇਆ, ਬਾਪੂ ਲੋਟਾਉਂਦਾ ਚੱਲੀ ਗਿਆ। ਲਓ ਅਗਲੀ ਕਬੱਡੀ ਗੋਰਾ ਸਰਹਾਲ ਮੰਡੀ ਵਾਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ। ਇੱਧਰ ਚਾਰਾਂ ਵਿੱਚੋਂ ਹੁਣ ਵੇਖਾਂਗੇ, ਲਾਲੀ ਢੇਸੀ ਜੀ ਮੇਨ ਅਹੁਦੇਦਾਰ ਨੇ ਇਸ ਫੈਡਰੇਸ਼ਨ ਦੇ। ਇਸ ਸਮੇਂ ਇੱਕ ਪਾਸੇ ਐਬਸਫੋਰਡ ਕਬੱਡੀ ਕਲੱਬ, ਆ ਦੂਸਰੇ ਪਾਸੇ ਨਨਕਾਣਾ ਸਾਹਿਬ ਵੱਲੋਂ ਅੱਗੇ ਵੱਲ ਵਧਿਆ ਗੋਰਾ, ਤੇ ਹੁਣ ਵੇਖਦੇ ਆ ਕਬੱਡੀ ਆ ਛਿੜਿਆ ਹੋਇਆ ਲਾਪ ਤੇ ਪੁਆਇੰਟ। ਇਸ ਸਮੇਂ ਧਾਵੀ ਦੇ ਹੱਕ ਵਿੱਚ ਹੁੰਦਾ ਹੋਇਆ ਇੱਕ ਅੰਗ ਦਾ ਵਾਧਾ। ਗੋਰਾ
ਸਰਹਾਲ ਮੰਡੀ ਵਾਲਾ ਵਾਧਾ ਕਰਦਾ ਚਾਲੋ ਪਿੰਟਿਆ ਪਾਗਲੀ ਕਬੱਡੀ ਤਲਵਣ ਵਾਲਾ ਕਹਿੰਦੇ ਜਲੰਧਰ ਇਲਾਕੇ ਨਕੋਦਰ ਦੇ ਲਾਗੇ ਤਲਵਣ ਪਿੰਡ ਹੈ ਪਿੰਟਾ ਤਲਵਣੀਆਂ ਕਬੱਡੀ ਪਾ ਰਿਹਾ ਲਓ ਪਈ ਹੋਈ ਕਬੱਡੀ ਤਲਵਣ ਵਾਲੇ ਦੀ ਆ ਦੂਸਰੇ ਪਾਸੇ ਬਿੱਲਾ ਗੁੱਜਰ ਟਰਾਈ ਕਰਦਾ ਗੁੱਜਰਾਂ ਦਾ ਮੁੰਡਾ ਟਰਾਈ ਕਰਦਾ ਤੇ ਤਲਵਣ ਵਾਲਾ ਵੀ ਉਹ ਚੱਲਿਆ ਉਹ ਚੱਲਿਆ ਬਲਜੀਤ ਸਿੰਘ ਜੀ ਇੱਕ ਪਾਸੇ ਦੇਖਦੇ ਹਾਂ ਵੀ ਵੱਖੋ ਵੱਖਰੀ ਡਰੈਸ ਦੇ ਵਿੱਚ ਅੱਜ ਅਫੀਸ਼ਲਾਂ ਦੇ ਵਿੱਚ ਵੀ ਬਰਾੜ ਸਾਹਿਬ ਦੇਖੋ ਟਰਾਂਟੋ ਵਾਲੇ ਨੀਲੇ ਰੰਗ ਦੀਆਂ ਕਿੱਟਾਂ ਦੇ ਵਿੱਚ ਹੈ ਉਹ ਬੀਸੀ ਵਾਲੇ ਦੇਖਦੇ ਆ ਵੀ ਆਪਣੇ ਡਿਸਿਪਲਨ ਦੇ ਵਿੱਚ ਹੈ ਲਓ ਇਸੇ ਤਰ੍ਹਾਂ ਦੀ ਜਿਹੜੀ ਡਿਸਿਪਲਨ ਬਣਿਆ ਰਹੇ ਗਰਾਊਂਡ ਦੇ ਵਿੱਚ ਪਰਸਰਾਮਪੁਰੀ ਹੈ ਇੱਧਰ ਸੁਖੀ ਜੀ ਹੈ ਧੂਰੀ ਵਾਲੇ ਤੇ ਨਾਲ ਰੂਬੀ ਬਾਈ ਨਾਲ ਬਲਜੀਤ ਜੀ ਪੱਪੂ ਭਦੌੜ ਜੀ ਤੇ ਨੀਟਾ ਸਰਾਏ ਇਹ ਦੁਨੀਆਂ ਦੇ ਟੌਪ ਕਲਾਸ ਜਿਹੜੇ ਅਫੀਸ਼ਲ ਆਖੀਏ ਅੰਪਾਇਰ ਆਖੀਏ ਜਿਹੜੀ ਇਸ ਟੌਪ ਕਲਾਸ ਫੈਡਰੇਸ਼ਨ ਦੇ ਵਿੱਚ ਜਿਹੜੀ ਵੱਡੀ ਜ਼ਿੰਮੇਵਾਰੀ ਦੇ ਰਹੇ ਹੈ ਲਓ ਅੱਜ ਦੇਖਦੇ ਹਾਂ ਨਨਕਾਣਾ ਸਾਹਿਬ ਦੀ ਟੀਮ ਸਿੱਧਵਾਂ ਵਾਲੇ ਆ ਪਹਿਲੇ ਦੋ ਮੇਲਿਆਂ ਤੇ ਜਲੰਧਰ ਸਿੰਘ ਜੀ ਵੱਡੇ ਉਲਟ ਫੇਰ ਕਰਨ 'ਚ ਕਾਮਯਾਬ ਰਹੀ ਹੈ ਪਰ ਅੱਜ ਦੇਖਦੇ ਹਾਂ ਕਿ ਵੱਡਾ ਉਲਟ ਫੇਰ ਕਰ ਪਾਊ ਕਿ ਨਹੀਂ ਇਸ ਮੈਚ ਦੇ ਵਿੱਚ ਇਹ ਤਾਂ ਸਮਾਂ ਦੱਸੂ ਪਰ ਐਸਾ ਵੀ ਹੀਰਾ ਆਪਣੀ ਖੇਡ ਕਲੱਬ ਦੀ ਡਾਇਮੰਡ ਆਪਣੀ ਖੇਡ ਕਲੱਬ ਦੇ ਹਿੱਸੇ ਸਿੱਧਵਾਂ ਵਾਲਿਆ ਪੁਆਇੰਟ ਜੋੜ ਗਿਆ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾਂ ਜੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ ਦਾ ਪੇਜ ਸਿੱਖੇ ਬਿਨਾਂ ਗੱਲ ਨਾ ਬਣੀ ਦਾ ਪੇਜ ਸਿੱਖੇ ਬਿਨਾਂ ਗੱਲ ਨਾ ਬਣੇ ਲਓ ਇਹ ਆ ਦੀਪਾ ਸਮੇਂ ਲਿੱਤਰਾਂ ਵਾਲਾ ਬਿੰਦਰ ਜਗਰਾਓ ਜੀ ਬਹੁਤ ਬਹੁਤ ਜੀਆਂ ਨੂੰ ਧੰਨਵਾਦ ਲਓ ਦੀਪੇ ਦੀ ਪਈ ਕਬੱਡੀ ਤੇ ਇਹ ਫੋਨ ਵੱਲੋਂ ਹੁਣ ਵੇਖਦੇ ਆ ਇਸ ਸਮੇਂ ਝਾੜ ਸਾਹਿਬ ਵਾਲਾ ਲੱਗਦਾ ਮੈਨੂੰ ਕਰਾਊ ਬੱਲੇ ਬੱਲੇ ਜਤਿੰਦਰ 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 ਝਾੜ ਸਾਹਿਬ ਵਾਲਾ ਹੈ ਜਿੱਥੋਂ ਦੇ ਫਿੰਡੀ ਦੀ ਗੱਲ ਹੋਈ ਹੈ ਝਾੜ ਸਾਹਿਬ ਕਹਿੰਦੇ ਚਮਕੌਰ ਸਾਹਿਬ ਦੇ ਪਵਿੱਤਰ ਧਰਤੀ ਦਾ ਉਹ ਇਲਾਕਾ ਮੇਰੇ ਵੀਰੇ ਅਗਲੀ ਕਬੱਡੀ ਫੇਰ ਸਿੱਧਵਾਂ ਵਾਲਿਆ ਦੇਖ ਸ਼ੰਭੂ ਦੇ ਐਕਸ਼ਨ ਲਓ ਬਿੱਲਿਆ ਦੋ ਹੱਥ ਕਰਨੇ ਪੈਣੇ ਹੈ ਲਓ ਲਾਈਨ ਤੋਂ ਥੋੜਾ ਥੋੜਾ ਦੂਰ ਰਹੋ ਪਰ ਇਸ ਸਮੇਂ ਭਾਈ ਕਿਉਂਕਿ ਵੱਡਾ ਇਕੱਠ ਹੋਣਾ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਦੂਰੋਂ ਨੇੜੇ ਸੰਗਤ ਆਉਣੀ ਹੈ ਤੇ ਐਪੀਸੋਡ ਲਾਈਨ ਦੀ ਟੀਮ ਦੇ ਇੱਕ ਪਾਸੇ ਬਲਰਾਜ ਸੰਘਾ ਨਾਲ ਪੱਤੋ ਦੇ ਸ਼ੌਕੀਨ ਦੇਖਦੇ ਆ ਵੀ ਅੱਜ ਕਿਹੜੀ ਸ਼ੌਕੀਨੀ ਲਾ ਕੇ ਆਏ ਆ ਕਿੱਦਾਂ ਦੀ ਰਣਨੀਤੀ ਸੁਖ ਬਰਾੜ ਪੱਤੋ ਵਾਲਾ ਵੱਡੀ ਜ਼ਿੰਮੇਵਾਰੀ ਜਿਹੜੀ ਚੱਕੀ ਬੈਠਾ ਤੇ ਬੱਬਲ ਸੰਗਰੂਰ ਨਾਲ ਦੇਖਦੇ ਆ ਸੋਨੂ ਬਾੜ ਦੇਖਦਾ ਵੀ ਮੇਲਾ ਭੱਜਿਆ ਉਹਦਾ ਬੱਬਲ ਅਗਲੀ ਵੀਕਐਂਡ ਦੇ ਪਰ ਅੱਜ ਕਹਿੰਦੇ ਆ ਵੱਡਾ ਕਬੱਡੀ ਕੱਪ ਜਿੱਤਣਾ ਪੈਣਾ ਜਿੱਤਣਾ ਪੈਣਾ ਟੀਮਾਂ ਵੱਡੇ ਬਜਟ ਦੀਆਂ ਬਣ ਕੇ ਆਈਆਂ ਨੇ ਵੱਡੇ ਬਜਟ ਦੀਆਂ ਬਣ ਕੇ ਆਈਆਂ ਨੇ ਗੋਲਡਨ ਬੁਆਏ ਉਹ ਗੋਲਡਨ ਬੁਆਏ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਮੈਲਬੋਰਨ 'ਚ ਰਹਿੰਦਾ ਮੈਲਬੋਰਨ ਸਿਡਨੀ ਬ੍ਰਿਸਬੇਨ ਦੀਆਂ ਗੱਲਾਂ ਨੇ ਪਰ ਉਹ ਹਜ ਸਮੇਂ ਇੱਕ ਪਾਸੇ ਗੋਲਡਨ ਬੁਆਏ ਵਾਹ ਨਹੀਂ ਰੀਸਾ ਤੇਰੇ ਚਿੱਟੀ ਵਾਲਿਆ ਇਹ ਆ ਜੱਗਾ ਇਹ ਵਾਹ ਇੱਕ ਜ਼ੋਰ ਦੇ ਨਾਲ ਤਕੜਾ ਜੱਫਾ ਲਾਉਂਦਾ ਹੋਇਆ ਦੁੱਗਿਆਂ ਵਾਲਾ ਖੁਸ਼ੀ ਇਸ ਸਮੇਂ ਕੋਚਿੰਗ ਕਰ ਰਿਹਾ ਹਲਕੀ ਹਲਕੀ ਕੋਚਿੰਗ ਇਸ ਸਮੇਂ ਬਹੁਤ ਬਹੁਤ ਧੰਨਵਾਦ ਆ ਲਓ ਇਸ ਸਮੇਂ ਛੋਟਾ ਨਾਥ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਇੱਕ ਪਾਸੇ ਹਿੰਮਤਪੁਰੀਆ ਹੁਣ ਅੱਗੇ ਵੱਧ ਕੇ ਜਾ ਬਿੱਲਾ ਗੁੱਜਰ ਲੈਂਦੇ ਪੰਜਾਬ ਪਾਕਿਸਤਾਨ ਵਾਲਾ ਕਰਾਊ ਬੱਲੇ ਬੱਲੇ ਪਟੋਰੀ ਵਾਲਿਆ ਪਟੋਰੀ ਜਗੀਰ ਪਿੰਡ ਹੈ ਕਹਿੰਦਾ ਮੇਰਾ ਹਨੀ ਲਿੱਤਰਾ ਨੂੰ ਉਸਤਾਦ ਮੰਨਦਾ ਇਹ ਆ ਪਿੰਡਾ ਇਸ ਸਮੇਂ ਪਿੰਡੇ ਦੀ ਪਈ ਇਸ ਸਮੇਂ ਕਬੱਡੀ ਦੇ ਪਟੋਰੀ ਮੱਟੂਆਂ ਦੀ ਤੇ ਪਟੋਰੀ ਜਗੀਰ ਵਾਲਾ ਇਹ ਆ ਇਸ ਸਮੇਂ ਇੱਕ ਅੰਗ ਦਾ ਵਾਧਾ ਪਿੰਡਾ ਕਰਦਾ ਹੋਇਆ ਵਾਹ ਸੋਹਣਿਆ ਨਹੀਂ ਰੀਸਾਂ ਤੇਰੀਆਂ ਦੇਖੋ ਜਲੰਧਰ ਸਿੱਧੂ ਜੀ ਇਹ ਆ ਗੋਰਾ ਸਰਹਾਲ ਮੰਡੀ ਵਾਲਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਛਕਿਆ ਪਰ ਹੁਣ ਵੇਖਾਂਗੇ ਇਸ ਸਮੇਂ ਫੱਕਰ ਝੰਡੇ ਵਾਲਾ ਪਰੇ ਝਾੜ ਸਾਹਿਬ ਵਾਲਾ ਜਤਿੰਦਰ ਇੱਕ ਵਾਰੀ ਫਿਰ ਕੋਸ਼ਿਸ਼ ਕਰਦਾ ਵਿੰਡੀ ਦਾ ਜਤਿੰਦਰ ਜਿਹਨੇ ਆਪਣੇ ਸਮੇਂ ਦੇ ਵਿੱਚ ਵੱਡੇ ਨਾਮ ਬਣਾਏ ਹੈ ਸਿੱਧਵਾਂ ਵਾਲਿਆ ਸਪੋਂਸਰਾਂ ਦਾ ਵੀ ਧਿਆਨ ਰੱਖਣਾ ਕਿਉਂਕਿ ਰਿਸੈਸ਼ਨ ਚੱਲਦਾ ਪੈਸੇ ਲੈਣੇ ਬਰਾੜ ਸਾਹਿਬ ਬਹੁਤ ਔਖੇ ਆ ਚੀਕਾਂ ਪਵਾਈਆਂ ਪਈਆਂ ਇੱਕ ਵੀ ਰੁੱਸ ਗਿਆ ਚਾਰ ਰੁੱਸਣਗੇ ਢੇਸੀ ਸਾਹਿਬ ਕਿ ਨਹੀਂ ਏਦਾਂ ਹੀ ਹੈ ਹਾਂ ਆਪਾਂ ਧੰਨਵਾਦ ਕਰ ਦਈਏ ਨਿਊ ਪੁਆਇੰਟ ਇੰਸ਼ੋਰੈਂਸ ਦਾ ਸਕੋਟ ਰੋਡ ਇੰਸ਼ੋਰੈਂਸ ਦਾ
ਪਰ ਕੈਲਗਰੀ ਵਾਲੇ ਤਾਂ ਵੱਟ ਕੱਢੀ ਆਉਂਦੇ ਆ। ਜੈਸ ਜੀ ਇੱਕ ਤੋਂ ਸ਼ੁਰੂਆਤ ਹੋ ਗਈ, ਕਹਿੰਦੇ 5-6 ਹੋ ਜਾਣੇ ਆ। ਇੱਧਰ BGL ਬਲ ਇਮੀਗ੍ਰੇਸ਼ਨ ਨਿਊ ਮਿਲੀਨੀਅਮ ਟਾਇਰ ਰਿਫਲੈਕਸ਼ਨ ਆਟੋ ਬਾਡੀ ਵੀਰ ਐਕਸਾਵੇਟਿੰਗ ਕਰਾਊਨ ਬੈਂਕਟ ਹਾਲ ਪ੍ਰੋਗਰੈਸਿਵ ਇਮੀਗ੍ਰੇਸ਼ਨ। ਬਾਈ ਜੀ ਪੁਆਇੰਟ ਵੀ ਦੱਸ ਦਿਓ, ਮੈਪਲ ਸਟਾਰ ਇਮੀਗ੍ਰੇਸ਼ਨ, ਫਰੈਸ਼ ਲੁੱਕ ਹੋਮਸ, ਸਿਟੀ ਗ੍ਰੇਨ ਫਾਈਨੈਂਸ਼ੀਅਲ, ਨਾਲ ਦੀ ਨਾਲ ਸੁਖੀ ਜੋਲ ਅਤੇ ਕੁਲਵੰਤ ਸਿੰਘ ਜੀ ਸੋਤਾ, ਜੈਸ ਗਿੱਲ, ਵਿਸ਼ਾਲ ਬਾਬਰ ਬਾਰਵਰ, ਬੱਬਲ ਜੀ, ਕੈਨਨ ਜੈਂਸੀ, ਜੈਸ ਜੀ, ਸੁਖਾ ਮਾਨ, ਰਮਨੀਕ ਢਿੱਲੋਂ, ਹਰਪ੍ਰੀਤ ਸੋਢੀ, ਜਰਨੈਲ ਮਾਨ, ਸ਼ਿਵ ਪੰਜਾਬੀ, ਸਾਰੇ ਭਰਾ ਉਧਰ, ਅਵਤਾਰ ਢੇਸੀ, ਭੋਲਾ ਸੰਧੂ, ਮਨਜੀਤ ਢੀਂਸਾ, ਰਾਜਾ ਸੰਘਾ, ਪੰਮੀ ਸਿੱਧੂ, ਲਾਟ ਜੋਲ ਆਸਟ੍ਰੇਲੀਆ, ਬੱਲੀ ਮਹੇੜੂ USA, ਹੈਪੀ ਬਹਾਲੀ, ਵਿਸ਼ਾਲ ਪੰਡਿਤ ਪਰਸਰਾਮਪੁਰ, ਨੀਲੂ ਮਹੇੜੂ, ਹਰਦੀਪ ਰੌਣੀ, ਮਾਨ ਜੱਟਪੁਰਾ ਤੇ SK ਦੂਤ ਤੇ ਜੈਲਾ ਧੂਰਕੋਟ, ਹਰਜੀਤ ਸੁੰਨੜ, ਲੱਕੀ ਡਰਾਈਵਿੰਗ ਸਕੂਲ, ਬੀ ਫੋਰ ਯੂ ਚੱਲਦਾ ਫਿਰਦਾ ਸਾਬੀ, ਬੀ ਫੋਰ ਯੂ ਵਾਲੇ ਨੇ TV ਹੱਥ ਚ ਫੜਾਤਾ, ਕਹਿੰਦੇ ਜਿੱਥੇ ਮਰਜ਼ੀ ਲੈ ਜਾਓ, ਕੋਈ ਰੋਮਿੰਗ ਨਹੀਂ, 3 ਸਾਲਾਂ ਦਾ 450 ਲੱਗਦਾ ਵਿਦ ਟੈਬਲੇਟ, ਫੋਨ ਕਰਨਾ ਫੋਨ ਕਰ ਲਓ, ਦੁਨੀਆ ਦੇ IPTV ਚੈਨਲ ਦੇਖਣਾ ਤੇ ਟੈਬ ਦੇ ਉੱਪਰ ਸ਼ੁਰੂ ਹੋ ਗਿਆ। ਜੋ ਹਾਫ ਸਮੇਂ ਦੇ ਪੁਆਇੰਟ ਸੀ, ਐਪੀਸੋਡ ਦੇ ਪੁਆਇੰਟ ਨੇ 17.5 ਤੇ ਨਨਕਾਣਾ ਸਾਹਿਬ ਦੇ ਪੁਆਇੰਟ ਨੇ 17। ਵਾਹ ਜੀ ਵਾਹ, ਅੱਧੇ ਪੁਆਇੰਟ ਨਾਲ ਐਪੀਸੋਡ ਟੀਮ ਲੀਡ ਕਰਦੀ। ਹੁਣ ਵੇਖਾਂਗੇ ਜੱਸੇ ਦੀ ਪਈ ਕਬੱਡੀ ਤੇ 17.5 ਤੋਂ 18, ਪਰ ਇਹ 18 ਹੋ ਗਿਆ। ਹੁਣ ਨਨਕਾਣਾ ਸਾਹਿਬ 18 ਤੇ ਐਪੀਸੋਡ 17.5। ਅਗਲੀ ਕਬੱਡੀ ਤਲਵਣ ਵਾਲਾ ਪਿੰਟ ਆ ਇਹ, ਆ ਇਸ ਸਮੇਂ ਲੱਗੀਆਂ ਹੋਈਆਂ ਰੌਣਕਾਂ, ਫਸਿਆ ਪਿਆ ਮੈਚ, ਹਾਈ ਪ੍ਰੈਸ਼ਰ, ਆ ਨੈਕ ਟੂ ਨੈਕ ਫਾਈਟ ਚੱਲਦੀ ਹੋਈ ਆ ਇਸ ਸਮੇਂ ਪਿੰਟ ਆ ਤਲਵਣ ਵਾਲਾ। ਆ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਇੱਧਰ ਸਾਬੀ ਕੂਨਰ ਜੀ, ਆ ਕੋਟ ਗੰਗੂਰਾ ਪਿੰਡ ਆ, ਇਹਦੇ ਮੇਨ ਆਰਗਨਾਈਜ਼ਰ ਨੇ ਜੈਜੀ ਬੈਂਸ ਤੇ ਸਾਡਾ ਵੀਰ ਚਮਕੀਲਾ ਬੈਂਸ, ਲੈ ਵੀ ਪਟੋਰੀ ਵਾਲਾ, ਪਰ ਹੁਣ ਵੇਖਾਂਗੇ ਹਲਕੀ ਡਾਜ ਤੇ ਆ ਤਕੜਾ ਜੱਫਾ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਲੱਗਦਾ ਹੋਇਆ ਪੈਂਟੇ ਦੀ ਪਈ ਕਬੱਡੀ ਤੇ ਕਬੱਡਵਾ ਹਿੰਮਤਪੁਰੀਆ। ਇਹ ਇਸ ਸਮੇਂ ਪ੍ਰਦੀਪ ਹਿੰਮਤਪੁਰੇ ਵਾਲਾ ਹਿੰਮਤਪੁਰਾ ਪਿੰਡ ਹੈ, ਪ੍ਰਦੀਪ ਸਿੰਘ ਨਾਮ, ਦੀਪ ਜੰਬੋ ਜੱਟ ਵਰਗੇ, ਗੱਗੂ ਵਰਗੇ, ਪ੍ਰਗਟ ਵਰਗੇ ਤੇ ਰਿਲਾਇੰਸ ਕਿਚਨ ਕੈਬਨਟ ਦੇ ਗੁਰਦੀਪ ਦਾ ਪਿੰਡ ਵੀ ਹਿੰਮਤਪੁਰਾ ਹੈ। ਹਿੰਮਤਪੁਰੇ ਦੀਆਂ ਕਈਆਂ ਮਸ਼ਹੂਰ ਨੇ, ਸਿੱਧਮਾ ਵਾਲੇ ਨੇ ਅੰਕੜੇ ਬੋਲਤੇ ਹੈ, ਸੁਖੀ ਕਹਿੰਦਾ ਪਾਣੀ ਲਿਆ ਦਿਓ, ਹਜੇ ਤਾਂ ਸੁਖੀ ਦਿੱਲੀ ਦੂਰ ਬਹੁਤ ਹੈ, ਹਜੇ ਤਾਂ ਮੈਚ ਵੀ ਪਹਿਲੇ ਹਾਫ ਦੀ ਸਮਾਪਤੀ ਹੋਈ ਹੈ। ਇੱਧਰ ਪੱਬਾ ਭਾਰ ਹੈ, ਸਾਰੀ ਟੀਮ ਸਤਨਾਮ ਪਵਾਰ ਹੋਣੀ, ਕ੍ਰਿਸਟਲ ਕਿਚਨ ਕੈਬਨਟ ਦੇ ਸਾਡੇ ਹਰਜੀਤ ਬਾਈ ਜੀ ਹੁਣੀ ਐਨ, ਧਰਮਾ ਸੋਹਤਾ ਸਾਡਾ ਭਰਾ, ਪਰ ਇਸ ਸਮੇਂ ਪਈ ਕਬੱਡੀ ਹੀਰੇ ਦੀ। ਦੂਸਰੇ ਪਾਸੇ ਨਨਕਾਣਾ ਸਾਹਿਬ ਵਾਲਾ ਸਿੱਧਵਾਂ ਵਾਲਿਆ ਜੱਗਾ ਹੈ, ਇਹ ਕੋਸ਼ਿਸ਼ ਕਰਦਾ, ਅੰਕੜੇ ਕਿੰਨੇ ਸਨ ਕਾਪੀ ਤੇ ਲਿਖ ਲਿਆ ਕਰ, 17.5 ਐਨ ਉੱਚ ਕੋਟੀ ਦਾ ਮੈਚ। ਮੈਂ ਪਹਿਲਾਂ ਵੀ ਆਖਿਆ ਵੀ ਨਨਕਾਣਾ ਸਾਹਿਬ ਵਾਲੇ ਜਦ ਵੀ ਆਉਂਦੇ ਆ, ਜਿਸ ਵੀ ਖੇਡ ਮੇਲੇ ਦੇ ਵਿੱਚ ਆਉਂਦੇ ਆ, ਵੱਡਾ ਉਲਟ ਫੇਰ ਕਰਦੇ ਆ। ਲੋ ਉਲਟ ਫੇਰ ਹੋਊ ਕਿ ਨਹੀਂ, ਜਸ ਕਮਲ ਟਾਇਲਸ ਐਂਡ ਫਲੋਰਿੰਗ ਦਾ ਵੀ ਗੁੱਟ ਫੜਿਆ, ਕੈਂਚੀ ਵੱਜ ਗਈ, ਪੰਪ ਵੱਜੇ ਆ, ਮੁੰਡਾ ਹੱਥੋਂ ਨਿਕਲ ਗਿਆ ਤਾੜੀ ਬਾਰੇ, ਕੀ ਖਿਆਲ ਹੈ। ਵਾਹ ਦੀਪਿਆ, ਇਹ ਲਿੱਤਰਾਂ ਵਾਲਾ ਦੀਪਾ ਇੱਕ ਦਾ ਵਾਧਾ ਕਰਦਾ ਹੋਇਆ, ਬੜੇ ਤੇਜ਼ ਤਰਾਰ ਧਾਵੀ ਨੇ। ਇੱਧਰ ਵੇਖਾਂਗੇ ਹੈਪੀ ਹੈ, ਇੱਕ ਓਟ ਭਾਈ ਵਾਲਾ, ਅਗਲੀ ਕਬੱਡੀ ਵੈਰੋਕੇ ਵਾਲਿਆ, ਇੱਕ ਪਾਸੇ ਬਿੱਲਾ ਗੁੱਜਰ ਜਾਂ ਫਿਰ ਪਡੋਰੀ ਵਾਲਾ ਪਿੰਦਾ, ਹੁਣ ਵੇਖਦੇ ਆ ਬਿੱਲਾ ਗੁੱਜਰ। ਆ 208 ਚੱਕ ਪਿੰਡ ਲੈਂਦੇ ਪੰਜਾਬ, ਆ ਪਾਕਿਸਤਾਨ ਦਾ ਇਸ ਸਮੇਂ ਫੈਸਲਾਬਾਦ ਵਾਲਾ, ਆ ਇੱਕ ਜ਼ੋਰ ਦੇ ਨਾਲ ਕਬੱਡੀ 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 ਕਬੱਡੀ, ਵਾਹ ਉਹ ਨਹੀਂ ਰੀਸਾ ਅੰਤ ਪਲਾ ਤੇ ਹੈ। ਕਾਸ਼ ਸਿੱਧਵਾਂ ਵਾਲਿਆ, ਕਾਸ਼ ਕਿਤੇ ਜੇ ਇੰਜ ਨਾ ਹੁੰਦਾ, ਏਦਾਂ ਹੋ ਜਾਂਦਾ। ਉਹ ਦੱਸੋ ਭਲਾ ਹੈ ਵਕਤ ਦੋਸਤੋ ਕਿ
ਸਿੰਜ ਖਲੋ ਜਾਂਦਾ। ਜੇ ਨੀ ਹੱਥ ਵਿੱਚ ਆਉਂਦੀ ਭਾਣਾ ਮਨ ਬਹਿਣਾ ਪੈਂਦਾ ਏ। ਹੋਵੇ ਜੋ ਮਾਲਕ ਦੀ ਮਰਜ਼ੀ ਜੈਸ ਭਾਜੀ, ਰਜਾ ਵਿੱਚ ਰਹਿਣਾ ਪੈਂਦਾ ਏ। ਲਓ ਅੱਜ ਸਮੇਂ ਫੇਰ ਅੱਜ ਦਾ ਵੱਡਾ ਪ੍ਰਾਈਜ਼ ਅੱਜ ਦੇ ਕਬੱਡੀ ਕੱਪ ਦਾ ਸਾਬੀ ਕੁੰਦਰਾ ਯਾਰੀ ਹੈ, ਫੱਟੇ ਚ ਗੱਡੇ ਕਿੱਲ ਵਰਗੇ, ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ, ਰਾਜੇ ਖੇਲੇ ਸੌ ਰੱਬ ਦੀ, ਸੱਚੇ ਯਾਰ ਨੀ ਜਾਂਦੇ ਪਰਖੇ, ਸੱਚੇ ਯਾਰ ਨੀ ਜਾਂਦੇ ਪਰਖੇ। ਦੁਰਗਾਪੁਰੀਆ ਜੈ ਜੀ ਵੀ ਉਹਨਾਂ ਵੱਲੋਂ ਸਪੋਂਸਰ ਹੈ, ਨਾਲ ਕਮਲ ਹੀਰ ਮਨਮੋਹਨ ਵਾਰਸ। ਸਮੇਂ ਭੈਰੋ ਕੋਈ ਵਾਲਾ ਸਰਪੰਚ, ਉਹ ਕਰੂ ਸਰ ਪਿਛਲੇ ਮੇਲੇ ਦੇ ਵਿੱਚ ਵੀ ਸੋਹਣੇ ਹੱਥ ਦਿਖਾਏ ਹੈ। ਉਧਰ ਵੱਡੇ ਸਹਿਯੋਗ, ਮੇਨ ਸਪੋਂਸਰ ਨੇ, ਪੰਜਾਬੀ ਵਿਰਸੇ ਦੀ ਵੀ ਗੱਲ ਹੋਣੀ ਹੈ, ਪਰ ਅੱਜ ਕਹਿੰਦੇ ਇਸ ਮੇਨ ਸਪੋਂਸਰ ਨੇ ਇਸ ਵੱਡੇ ਕਬੱਡੀ ਕੱਪ ਦੇ ਵਾਰਸ ਭਰਾਵਾਂ ਦੀ ਵੀ ਗੱਲ ਹੁੰਦੀ ਹੈ। ਉਹ ਅੱਜ ਸਮੇਂ ਗੋਰਾ ਕਹਿੰਦੇ ਸਰਹਾਲ ਮੰਡੀ ਪਿੰਡ ਹੈ, ਅੰਮ੍ਰਿਤਸਰ ਏਰੀਆ, ਇਸ ਨੌਜਵਾਨ ਦਾ ਤਾੜੀ ਵੱਜੀ ਹੈ ਤੇ ਐਲੀਜੈਂਟ ਬਾਰ ਦਾ ਵੀ ਧੰਨਵਾਦ ਕਰ ਦਈਏ। ਵੱਡੇ ਸਪੋਂਸਰ ਇਸ ਕਬੱਡੀ ਯੂਨੀਵਰਸਲ ਆਟੋ ਵਾਡੀ ਦਾ ਵੀ, ਮਨਰਾਜ ਬੈਸ ਹੋਣੀ ਰੀਮਿਕਸ ਰੀਅਲ ਸਟੇਟ ਦੇ ਵਿੱਚ ਕਹਿੰਦੇ ਖੂਬੀ ਸੇਵਾਵਾਂ ਦਿੰਦੇ ਨੇ, ਆਗਰਾ ਤੰਦੂਰੀ ਦਾ, ਏ ਕੇ ਲੈਂਡਸਕੇਪਿੰਗ ਦਾ ਤੇ ਨਾਲ ਦੀ ਨਾਲ ਕ੍ਰਿਸਟਲ ਕਿਚਨ ਦਾ, ਆਰ ਟੀ ਟੀ ਐਲ ਦੇ, ਏ ਸਟਾਰ ਵਿੰਡੋ ਵਾਲੇ, ਲੈਵਲ ਅਪ ਵਾਲੇ ਤੇ ਮੇਨ ਸਪੋਂਸਰਾਂ ਦੇ ਵਿੱਚ ਫੇਰ ਗੱਲ। ਇਸ ਸਮੇਂ ਫੇਰ ਪੰਡੋਰੀ ਵਾਲਾ ਤੇ ਦੂਸਰੇ ਪਾਸੇ ਹੀਰਾ ਕਬੱਡੀ ਦਾ ਡਾਇਮੰਡ, ਹੀਰਾ ਹੀਰਾ ਤੇ ਦੂਸਰੇ ਪਾਸੇ ਪਿੰਦਾ। ਇਸ ਸਮੇਂ ਉਹ ਵੱਜਦੀ ਕੈਂਚੀ, ਉਖੜਦੇ ਪੈਰ ਵੱਜਦੇ, ਆਹ ਮਾਰੀ ਜਦੋਂ ਛਾਲ ਲਾ ਕੇ ਯੋਰ ਪੱਟਾ ਨਾਲ, ਅੱਖ ਦੀ ਝਮਕ ਨਾ ਕਮਾਲ ਜਿਹਾ ਹੋ ਗਿਆ, ਖੈਰਿਆਂ ਦਾ ਜਿੰਦੂ ਆਖੇ ਪਲਾਂ ਵਿੱਚ ਧਾਵੀ, ਆ ਹੋ ਗਿਆ ਵਾਹ, ਬਹੁਤ ਸੋਹਣਾ ਪੁਆਇੰਟ ਹੀਰਾ ਬੱਟ। ਅਗਲੀ ਕਬੱਡੀ ਰੱਜੀ ਗੁੰਦਲ ਲੈਂਦੇ ਪੰਜਾਬ ਪਾਕਿਸਤਾਨ ਦਾ ਸਮੇਂ, ਅਗਲੀ ਕਬੱਡੀ ਪੌਦਾ ਹੈ ਚਾਰਾਂ ਵਿੱਚੋਂ, ਹੁਣ ਫਿਰ ਵੇਖਾਂਗੇ ਵੈਸ ਜੱਟ ਕਬੱਡੀ ਦਾ ਕਿੰਗ, ਪਰ ਦੂਸਰੇ ਪਾਸੇ ਪਈ ਹੋਈ ਕਬੱਡੀ ਤੇ ਆ ਰੱਜੀ ਗੁੰਦਲ ਦੀ ਚਾਰਾਂ ਵਿੱਚੋਂ ਗੋਲਡਨ ਬੁਆਏ, ਆ ਚਿੱਟੀ ਵਾਲਾ ਜ਼ਿਲ੍ਹੇ ਜਲੰਧਰ ਵਾਲਾ ਲਾ ਤਕੜਾ ਜੱਫਾ, ਇੱਕ ਅੱਗ ਦਾ ਵਾਧਾ, ਟੈਕਨੀਕਲ ਤੌਰ ਤੇ ਪੁਆਇੰਟ ਯਾਫੀ ਦੇ ਹੱਕ ਵਿੱਚ ਹੁੰਦਾ। 17 ਤੇ 17.5 ਅੰਕ ਸਨ ਹਾਫ ਸਮੇਂ ਤੱਕ, 17 ਤੇ 17.5 ਅੰਕੜੇ ਸਨ ਸਿੱਧਵਾਂ ਵਾਲੇ ਦਾ। ਟੀ ਟਵੰਟੀ ਦੇ ਜਿੱਦਾਂ ਵਰਲਡ ਕੱਪ ਚੱਲਦਾ ਸੀ ਨਾ, ਦਿਲ ਦੀ ਧੜਕਣ ਲਾਸਟ ਸਮੇਂ ਤੱਕ ਧੜਕਦੀ ਰਹੀ ਹੈ ਵੀ ਪਤਾ ਨੀ ਬਾਜੀ ਅਮਨ ਸਿਆ ਕਦੋਂ ਕਿੱਧਰੋਂ ਹੋ ਜਾਣੀ ਹੈ। ਇਹ ਤਾਂ ਜਸਪ੍ਰੀਤ ਭੁਮਰੇ ਦਾ ਸਪੈਲ, ਐਨ ਕਹਿੰਦੇ ਪੂਰੀ ਟੌਪ ਦੀ ਜਿਹੜੀ ਗੇਂਦਬਾਜ਼ੀ ਕੀਤੀ ਹੈ, ਤੇ ਅਰਸ਼ਦੀਪ ਸਿੰਘ ਦੀ ਵੀ ਗੱਲ ਕਰੀਏ, ਤੇ ਵਿਰਾਟ ਕੋਹਲੀ ਦਾ ਬੱਲਾ ਲਾਸਟ ਦੇ ਵਿੱਚ ਚਮਕਿਆ ਤੇ ਫਿਰ ਉਸ ਕਬੱਡੀ ਦੀ ਗੱਲ, ਆ ਲੱਥਰਾਂ ਵਾਲੀ ਦੀ ਪਈ ਕਬੱਡੀ ਤੇ ਵੈਸ ਯੱਟ, ਕਬੱਡੀ 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 ਕਬੱਡੀ, ਵਾਹ ਸੋਹਣੇ ਨੇ ਰੀਸਾਂ ਤੇਰੀਆਂ। ਇਹ ਆ ਵੈਸ ਯੱਟ ਲੈਂਦੇ ਪੰਜਾਬ ਦਾ ਇੱਕ ਅੰਕ ਦਾ ਵਾਧਾ, ਹਿਲਟਨ ਸਕਿਉਰਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਜੰਟ ਸੰਧੂ ਹੋਣਾ ਦਾ। ਸੋ ਬੇਨਤੀ ਆ ਹੀਰੇ ਬੱਟ ਦੀ ਅਗਲੀ ਕਬੱਡੀ, ਮੇਰੀ ਬੇਨਤੀ ਹੈ ਵੀ ਜਿਹੜੀ ਲਾਈਨ ਲੱਗੀ ਹੈ ਨਾ ਔਰੇਂਜ ਕਲਰ ਦੀ, ਥੱਲੇ ਝਾਤ ਮਾਰ ਲਿਓ ਥੱਲੜੇ ਪਾਸੇ, ਚਿੱਟੇ ਕਲਰ ਤੋਂ ਪਹਿਲਾਂ, ਚਿੱਟੇ ਵਾਲੀ ਤਾਂ ਦੂਰੇ ਹੀ ਦੀ ਜਾਂਦੀ ਹੈ ਨਾ, ਤੇ ਇਹਦੋਂ ਪਿੱਛੇ ਪਿੱਛੇ ਰਿਹੋ ਮੇਰਾ ਵੀਰਾ, ਤੇ ਕਿਉਂਕਿ ਬਾਇਲਾ ਵੱਲੋਂ ਜਿਹੜੇ ਫੈਸਲੇ ਨੇ ਵੀ ਇਦੋਂ ਅੱਗੇ ਨਾ ਜਾਇਓ, ਰਸ਼ ਬਹੁਤ ਹੋ ਜਾਣਾ, ਆਜ਼ਾਦ ਦਾ ਮੇਲਾ ਹੋਵੇ ਸਾਬੀ ਬਾਈ ਤੇ ਮੇਲਾ ਭਰੇ ਨਾ, ਇਹ ਗੱਲ ਸਵਾਦ ਹੀ ਆਉਂਦਾ, ਪਰ ਮੇਲਾ ਐਨ ਕਹਿੰਦੇ ਨੱਕੋ ਨੱਕ ਭਰ ਜਾਣਾ ਹੈ। ਅਗਲੀ ਕਬੱਡੀ ਫੇਰ ਮਨਾਉਣ ਦੇ ਵਿੱਚ ਹੈ, ਏਵਨ ਟਰੱਸਟ ਦਾ ਨਾਲ ਦੀ ਨਾਲ ਮਨਰਾਜ ਬੈਸ ਉਹਨਾਂ ਦਾ, ਸਾਰੇ ਭਰਾ ਰੀਮੈਕਸ ਤੋਂ ਇਹਨਾਂ ਦਾ ਧੰਨਵਾਦ ਕਰ ਦਈਏ। ਜੱਸੇ ਦੀ ਕਬੱਡੀ ਦੇ ਉੱਪਰ ਫੇਰ ਮੁੰਡਾ ਲੱਤੀ ਲੱਗਦਾ, ਫੇਰ ਕੋਸ਼ਿਸ਼ ਨਨਕਾਣਾ ਸਾਹਿਬ ਤੇ ਇੱਕ ਪਾਸੇ ਐਬਸਫੋਰਡ ਲਾਇਨਸ ਦੀ ਟੀਮ, ਨਾ ਉਹ ਨੌਜਵਾਨਾਂ ਪਿਆਰ ਦੇ ਨਾਲ ਕੋਠੇ ਉੱਤੇ ਡੱਬੀਆਂ ਮਾਰ ਕੇ ਚਪੇੜਾਂ ਪੁੱਛਦਾ ਵੀ ਕਿੱਥੇ ਕਿੱਥੇ ਵੱਜੀਆਂ ਨੇ। ਅਗਲੀ ਕਬੱਡੀ ਫੇਰ ਉਧਰ ਵਾਰਸ ਭਰਾ ਵੀ ਅੱਜ ਆਪਣੀ ਹਾਜ਼ਰੀ ਲਵਾਉਣ ਦੇ ਲਈ, ਯਾਰਾਂ ਨਾਲ ਯਾਰੀਆਂ ਪਗਾਉਣ ਦੇ ਲਈ ਪੁੱਜ ਜਾਣਗੇ ਇਸ ਖੇਡ ਮੇਲੇ ਦੇ ਵਿੱਚ। ਪੰਜਾਬੀ ਵਿਰਸੇ ਦੀ ਵੀ ਜਿਹੜੀ
ਗੱਲ ਹੋਊਗੀ। ਵੱਖ ਵੱਖ ਸ਼ਖਸੀਅਤਾਂ ਆਉਣਗੀਆਂ ਸਮੇਂ ਸਮੇਂ ਤੇ, ਸਾਰੀਆਂ ਸ਼ਖਸੀਅਤਾਂ ਦੀ ਸਿੱਧਵਾਂ ਵਾਲਿਆ ਆਪਾਂ ਗੱਲਬਾਤ ਕਰਦੇ ਰਵਾਂਗੇ। ਅਗਲਾ ਮੇਲਾ ਇਸੇ ਗਰਾਊਂਡ ਦੇ ਵਿੱਚ 7 ਤਰੀਕ ਨੂੰ ਹੋਣਾ ਹੈ। ਐਪੀਸੋਡ ਲਾਇਨਸ ਕਬੱਡੀ ਕਲੱਬ ਹੋਸਟ ਕਰੇਗੀ ਫਿਰ ਕਬੱਡੀ ਅੰਟਾਰੀਓ ਵੱਲ, ਫਿਰ ਅਗਸਤ ਮਹੀਨੇ ਦੇ ਵਿੱਚ ਫਿਰ ਰੌਣਕਾਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ। ਪਰ ਅੱਜ ਦਾ ਕਬੱਡੀ ਕੱਪ ਮਹੱਤਵਪੂਰਨ ਹੈ, ਅੱਜ ਦਾ ਕਬੱਡੀ ਕੱਪ ਪਈ ਹੋਈ ਕਬੱਡੀ ਤੇ ਆਓ ਕੱਪ ਦਾ ਪੈਂਦੇ ਬਿਨਾ। ਸਰਹਾਲ ਮੰਡੀ ਵਾਲੇ ਕੰਗ ਦਾ ਵਾਧਾ, ਅਗਲੀ ਕਬੱਡੀ ਪਿੰਟਾ, ਇਸ ਸਮੇਂ ਪਾਣੀ ਪਾਣੀ ਪਹੁੰਚਾ ਦਿਓ ਗਰਾਊਂਡ 'ਚ, ਹੱਥ ਬੰਨ ਕੇ ਬੇਨਤੀ ਆ। ਜਿਹਨਾਂ ਜਿਹਨਾਂ ਵੀਰਾਂ ਦੀ ਡਿਊਟੀ ਲੱਗੀ ਹੋਈ ਆ ਉਹਨਾਂ ਨੂੰ ਬੇਨਤੀ ਕਰਦੇ ਆ, ਉਹ ਪਿੰਟੇ ਦੀ ਕਬੱਡੀ ਦੇ ਹੁਣ ਪਡੋਰੀ ਵਾਲਾ ਇਸ ਸਮੇਂ ਕਰਾਊ ਵਾਹ ਗੁੱਟ ਫੜ ਕੇ ਪੈ ਗਈ ਕੈਂਚੀ, ਪਰ ਪੁਆਇੰਟ ਵਾਹ ਸੁਣਿਆ ਨਹੀਂ ਰੀਸਾਂ ਦੇ ਰਹੀਆਂ। ਇਸ ਸਮੇਂ ਤਲਵਣ ਵਾਲਾ ਇੱਕ ਅੰਗ ਦਾ ਵਾਧਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ, ਇਸ ਸਮੇਂ ਇੱਕ ਪਾਸੇ ਐਪੀਸੋਡ ਕਬੱਡੀ ਕਲੱਬ, ਦੂਸਰੇ ਪਾਸੇ ਨਨਕਾਣਾ ਸਬਕ ਲਈ ਦੋਨੇ ਟੀਮਾਂ ਨੂੰ ਬੇਨਤੀ ਕਰਦੇ ਆ, ਉਹ ਵੀ ਟੀਮਾਂ ਜਲਦੀ ਨਾਲ ਆਉਣਗੀਆਂ। ਐਪੀਸੋਡ ਕਬੱਡੀ ਕਲੱਬ ਦੇ ਇਸ ਸਮੇਂ ਇੱਕ ਅੰਗ ਦਾ ਵਾਧਾ ਰੱਜੀ ਗੁੰਦਲ ਜੀ, ਇੱਕ ਅੰਗ ਦਾ ਵਾਧਾ ਇਸ ਸਮੇਂ ਰੱਜੀ ਗੁੰਦਲ ਬੱਗੇ ਪਿੰਡ ਵਾਲਾ ਲਹਿੰਦੇ ਪੰਜਾਬ ਪਾਕਿਸਤਾਨ ਦਾ ਕਰਦਾ ਹੋਇਆ, ਬੱਬਲ ਸੰਗਰੂਰ ਜੀ, ਬਲਰਾਜ ਸੰਘਾ ਜੀ, ਸੁੱਖ ਬਰਾੜ ਜੀ ਤੇ ਨਾਲ ਸਾਡੇ ਸੋਨੂੰ ਬਾਠ ਜੀ, ਮਨੀ ਚਾਲ, ਗੁਰਮੀਤ ਬਰਨਾਲਾ ਜੀ। ਸੋ ਅਗਲੀਆਂ ਦੋਨੇ ਟੀਮਾਂ ਨੂੰ ਬੇਨਤੀ ਆ ਜਲਦੀ ਨਾਲ ਆਉਣਗੀਆਂ, ਅਗਲੀਆਂ ਦੋਨੋਂ ਟੀਮਾਂ ਜਲਦੀ ਨਾਲ ਅਗਲੇ ਮੈਚ ਦੇ ਲਈ। ਆਜ਼ਾਦ ਪੰਜਾਬ ਕੇਸਰੀ, ਯੂਨਾਈਟਿਡ ਬੀਸੀ ਫਰੈਂਡਸ ਕਲੱਬ ਕੈਲਗਰੀ ਦੀਆਂ ਟੀਮਾਂ ਦੇ ਵਿਚਕਾਰ ਜਿਹੜਾ ਮੈਚ ਹੋਣਾ ਹੈ, ਇਹ ਦੋਨੋਂ ਟੀਮਾਂ ਜਲਦੀ ਨਾਲ ਆ ਜਾਣ। ਮਾਈਕ ਲਾਲੀ ਢੇਸੀ ਜੀ ਦੇ ਹਵਾਲੇ। ਹੈਲੋ, ਦੋਵਾਂ ਟੀਮਾਂ ਨੂੰ ਬੇਨਤੀ ਕੀਤੀ ਜਾਂਦੀ ਆ ਮੈਚ ਖਤਮ ਹੋਣ ਤੋਂ ਪਹਿਲਾਂ ਗਰਾਊਂਡ 'ਤੇ ਚਾਹੀਦੀਆਂ, ਨਹੀਂ ਤਾਂ ਦੋਹਾਂ ਟੀਮਾਂ ਨੂੰ ਫਾਈਨ ਹੋਣਾ, ਕੋਈ ਲਿਹਾਜ਼ ਨਹੀਂ ਹੋਣਾ ਕਿਹੜੀ ਟੀਮ ਆ। ਥੈਂਕ ਯੂ। ਸਮੇਂ ਦੇ ਨਾਲ ਮਾਨ ਸਾਹਿਬ ਲਿਆਓ ਟੀਮ ਨੂੰ, ਓਂਕਾਰ ਮਾਨ ਜੀ ਲਓ। ਅਗਲੀ ਕਬੱਡੀ ਫੇਰ ਸਿੱਧਵਾਂ ਵਾਲਿਆ, ਫੇਰ ਕਬੱਡੀ ਆ ਗਈ ਹੈ, ਫੇਰ ਕਬੱਡੀ ਆ ਗਈ ਹੈ, ਫੇਰ ਕਬੱਡੀ ਹੈ। ਓਏ ਉਧਰ ਕੌਣ ਆ ਗਿਆ? ਸਾਜੀ ਆ ਗਿਆ, ਤਾੜੀ ਮਾਰ ਦਿਓ। ਲਓ ਸਾਜੀ ਆ ਗਿਆ, ਸ਼ਕਰਪੁਰੀ ਹੈ ਗੁਰ ਅਥੋਪੀਆ, ਹੌਲੇ ਹੌਲੇ ਕੇਸਾ ਧਾਰੀ ਸਿੱਖ ਸਰਦਾਰ, ਪਹਿਲੀ ਵਾਰੀ ਜਿਹੜਾ ਮਤਲਬ ਬੀਸੀ ਯੂਨਾਈਟਿਡ ਫਰੈਂਡਸ ਕਲੱਬ ਕੈਲਗਰੀ, ਪਰ ਜਿਹੜੀ ਟੀਮ ਹੁਣ ਐਂਟਰ ਕਰ ਗਈ ਹੈ ਨਾ, ਇਹ ਅੱਜ ਦੇ ਕਬੱਡੀ ਕੱਪ ਦੀ ਹੋਸਟ ਟੀਮ ਹੈ, ਆਜ਼ਾਦ ਪੰਜਾਬ ਕੇਸਰੀ ਦੀ ਟੀਮ। ਉਹ ਟੀਮ ਦੇ ਖਿਡਾਰੀ ਪੁੱਜਦੇ ਜਾ ਰਹੇ ਹੈ, ਇਕੱਲੇ ਇਕੱਲੇ ਦੀ ਪਹਿਚਾਣ ਜਿਹੜੀ ਤੁਹਾਡੇ ਨਾਲ ਕਰਾਉਂਦੇ ਜਾਵਾਂਗੇ, ਪਰ ਖੇਡ ਮੈਦਾਨ ਦੇ ਨਾਲ ਜੁੜੀਏ। 17-17 ਵਾਲਾ ਅੰਕੜਾ ਜਸਵੰਤ ਖੜਕ ਜੀ ਕਿੱਥੋਂ ਤੱਕ ਪਹੁੰਚਿਆ ਹੋਵੇਗਾ, ਇਹ ਜ਼ਰੂਰ ਅੰਕੜਾ ਵਿਗਿਆਨੀ ਜਾਣਦੇ ਹੋਣਗੇ, ਅੰਕੜਾ ਵਿਗਿਆਨੀ ਜਾਣਦੇ ਹੋਣਗੇ। ਆ ਵੀ ਮੈਚ ਭਾਰਤ ਪਾਕਿਸਤਾਨ ਦੇ ਮੈਚ ਵਰਗਾ ਲੱਗਣਾ, ਇਹ ਸਿਰੇ ਦਾ ਮੈਚ ਹੋਣਾ ਹੈ, ਅਗਲਾ ਮੈਚ ਵੀ ਸਿਰੇ ਦੀ ਟੱਕਰ ਹੋਣੀ ਹੈ, ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ। ਜਿਹੜੇ ਹਜੇ ਨਹੀਂ ਪਾਸੇ, ਐਪੀਸੋਡ ਲਾਇਨਸ ਕਬੱਡੀ ਕਲੱਬ ਦੀ ਟੀਮ ਦੇ ਖਿਡਾਰੀ ਹੈ, ਲਓ ਪਈ ਹੋਈ ਕਬੱਡੀ ਦੇ ਉੱਪਰ, ਫੇਰ ਗੋਲਡਨ ਬੁਆਏ ਟਰਾਈ ਕਰਦਾ, ਫੇਰ ਗੋਲਡਨ ਬੁਆਏ ਟਰਾਈ ਕਰਦਾ ਤੇ ਲਿੱਤਰਾ ਵਾਲਾ ਦੀਪਾ ਇਸ ਸਮੇਂ ਆ ਵੀ ਪਲ ਕੈਮਰੇ ਚ ਕੈਦ ਹੋਊ, ਪਿਕਚਰਾਂ ਖਿੱਚੀਆਂ ਜਾਣਗੀਆਂ ਤੇ ਧਾਵੀ ਲਈ ਭੱਜਣਾ ਇਸ ਸਮੇਂ ਰੂਬੀ ਔਖਾ ਹੋ ਗਿਆ, ਹਾਰਡ ਹੋ ਗਿਆ, ਡਿਫੀਕਲਟ ਹੋ ਗਿਆ, ਆਸਾਨ ਨਹੀਂ ਮੇਰੇ ਵੀਰੋ। ਲਓ ਵੇਸਲ ਵੱਜ ਗਈ ਹੈ, ਅਗਲੀ ਟੀਮ ਰਾਜੂ ਕੋਟਲਾ ਭੜੀ ਵਾਲਾ ਆ ਗਿਆ, ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਪੁੱਜਦੇ ਜਾ ਰਹੇ ਹੈ ਅਗਲੇ ਮੈਚ ਦੇ ਲਈ, ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਪੁੱਜਦੇ ਜਾ ਰਹੇ ਹੈ। ਮੇਰੀ ਬੇਨਤੀ ਹੈ ਵੀ ਪ੍ਰੋਫੈਸਰ ਮੱਖਣ ਸਿੰਘ ਜੀ ਉਹ ਵੀ ਚਾਲੇ ਪਿਆਲਾ ਪੀ ਕੇ ਗਰਾਊਂਡ ਦੇ ਲਾਗੇ ਆਉਣਗੇ, ਅਗਲਾ ਮੈਚ ਸਿਰੇ ਦਾ ਹੋਣਾ। ਜਗਰਾਵਾ ਵਾਲਾ ਬਿੰਦਰ ਕਹਿੰਦਾ ਵੀ ਅੱਜ ਦੇਖਦੇ ਆ ਨਨਕਾਣਾ ਸਾਹਿਬ ਵਾਲੇ ਵੱਡਾ ਉਲਟ ਫੇਰ ਕਰਨਗੇ ਕਿ ਨਹੀਂ। ਬਿੰਦਰਾ ਕਿਹਦੇ ਨਾਲ ਸ਼ਰਤ ਲਾ ਕੇ ਆਇਆ ਅੱਜ, ਕਿਹਦੇ ਨਾਲ ਸ਼ਰਤਾਂ ਲੱਗੀਆਂ ਨੇ? ਉਹ ਜਗਰਾਵਾਂ ਦੀ ਰੋਸ਼ਨੀ ਤੇ ਜਗਰਾਵਾਂ ਦੇ ਖੇਡ ਪ੍ਰਮੋਟਰ ਵੀ ਮਸ਼ਹੂਰ ਨੇ ਸਿੱਧਵਾਂ ਵਾਲਿਆ, ਕਰੀ ਗੱਲ। ਲੋ ਅਗਲੀ ਕਬੱਡੀ ਰੱਜੀ ਗੁੰਦਲ ਦੀ, ਆ ਲੈਂਦੇ ਪੰਜਾਬ ਪਾਕਿਸਤਾਨ ਦਾ, ਉਧਰ ਯਾਦ ਪੰਜਾਬ ਕੇਸਰੀ ਦੀ ਟੀਮ ਵੀ ਮੈਦਾਨ ਚ ਪਹੁੰਚ ਚੁੱਕੀ ਆ, ਬੀਸੀ ਯੂਨਾਈਟਿਡ ਫਰੈਂਡਸ
ਕੈਲਗਰੀ ਟੀਮ ਨੂੰ ਬੇਨਤੀ ਕਰਦੇ ਜਲਦੀ ਨਾਲ ਆਵੇਗੀ। ਲਓ ਬਹੁਤ ਸੋਹਣਾ ਪੁਆਇੰਟ ਹੈ ਇਸ ਸਮੇਂ ਲੈਂਦੇ ਪੰਜਾਬ ਪਾਕਿਸਤਾਨ ਵਾਲੇ ਦਾ ਇੱਕ ਅੰਕ। ਚੱਲ ਹੈਪੀ ਉਹ ਪਾਗਲੀ ਕਬੱਡੀ ਹੈਪੀ ਇਸ ਸਮੇਂ ਕੋਟ ਭਾਈ ਵਾਲਾ। ਆਹ ਦੂਸਰੇ ਪਾਸੇ ਬਿੱਲਾ ਗੁੱਜਰ ਪਰ ਪੁਆਇੰਟ ਬਹੁਤ ਹੀ ਤੇਜ਼ ਤਰਾਰ ਇਹ ਆ ਹੈਪੀ ਇਸ ਸਮੇਂ। ਇੱਕ ਅੰਕ ਦਾ ਵਾਧਾ ਕਰਦਾ ਹੋਇਆ ਕਿ ਚਿੱਤ ਨਹੀਂ ਉਹ ਬੰਦੇ ਨੂੰ ਡਲਾਉਣਾ ਚਾਹੀਦਾ, ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ। ਰੱਖ ਲੱਖੇ ਸਿੱਧਵਾਂ ਭਰੋਸੇ ਰੱਬ ਤੇ, ਕਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜੱਗ ਤੇ, ਕਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜੱਗ ਤੇ। ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਅੱਜ ਆਣ ਨਿਤੜਿਆ ਇਹ ਮੈਦਾਨ ਦੇ ਵਿੱਚ। ਅਗਲੀ ਕਬੱਡੀ ਕਬੱਡੀ ਦਾ ਡਾਇਮੰਡ ਉਸਤਾਦ ਜੀ ਕਬੱਡ ਆਖਦੇ ਹੁੰਦੇ ਆ ਹੀਰਾ ਬੱਟ, ਇਸ ਸਮੇਂ ਲਹਿੰਦੇ ਪੰਜਾਬ ਪਾਕਿਸਤਾਨ ਦਾ। ਇੱਧਰ ਜੈ ਸੋਜਲਾ ਜੀ ਆਜ਼ਾਦ ਪੰਜਾਬ ਕਬੱਡੀ ਕਲੱਬ ਦੇ ਇਸ ਸਮੇਂ ਬੈਠੇ ਨੇ, ਤੱਕ ਰਹੇ ਨੇ। ਦੇਖੋ ਜੀ ਸੂਰਜ ਬਿਲਡਰ ਦਾ ਵੱਡਾ ਨਾਮ ਤੇ ਦੂਸਰੇ ਪਾਸੇ ਪਈ ਹੋਈ ਕਬੱਡੀ ਤੇ ਇਸ ਸਮੇਂ ਹਿੰਮਤਪੁਰੀਆ ਕੋਸ਼ਿਸ਼ ਕਰਦਾ ਪਰ ਪੁਆਇੰਟ ਧਾਵੀ ਦੇ ਹੱਕ ਵਿੱਚ ਹੁੰਦਾ ਹੋਇਆ ਇੱਕ ਅੰਕ ਦਾ ਵਾਧਾ। ਉਧਰ ਜੂਮ ਇਲੈਕਟ੍ਰੀਕਲ ਵਾਲੇ ਸੋਨੂ ਬਾਈ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਿੱਧਵਾਂ ਵਾਲਿਆ ਧੰਨਵਾਦ ਜ਼ਰੂਰ ਕਰਦਾ ਜੀ, ਪਹਿਲਾਂ ਵੀ ਦੱਸਿਆ ਵੀ ਸਮਾਂ ਥੋੜਾ ਹਾਰਡ ਚੱਲਦਾ ਤੇ ਚੈੱਕ ਲੈਣੀ ਬਹੁਤ ਹਾਰਡ ਹੋ ਜਾਂਦੀ ਹੈ, ਰੁੱਸਣ ਵਾਲੇ ਨੇ ਇੱਕ ਸੈਕਿੰਡ ਦੇ ਵਿੱਚ ਰੁੱਸ ਜਾਣਾ, ਮਨਾਉਣ ਨੂੰ ਟਾਈਮ ਲੱਗਦਾ ਮਨਾਉਣ ਨੂੰ ਫਿਰ ਟਾਈਮ ਲੱਗਦਾ। ਇਸੇ ਕਰਕੇ ਧਿਆਨ ਰੱਖਣਾ ਵੀ ਇਹ ਮੇਲੇ ਆ ਵੱਡੇ ਬਜਟ ਦੇ ਮੇਲੇ ਆ, ਵੱਡੀਆਂ ਟੀਮਾਂ ਨੇ। ਲਓ ਹੀਰੇ ਨੇ ਫਿਰ ਕਬੱਡੀ ਪਾਉਣ ਦੇ ਲਈ ਜਿਹੜੀ ਤਿਆਰੀ ਖਿੱਚ ਦਿੱਤੀ ਹੈ। ਫਿਰ ਐਲੀਜੈਂਟ ਪਲੰਬਿੰਗ ਦਾ ਸੁੱਖੀ ਗਿੱਲ ਜੀ, ਹਾਈ ਐਂਡ ਸੀਡਰ ਫਿਨਿਸ਼ਿੰਗ ਦਾ ਧੰਨਵਾਦ ਹੈ। ਸ਼ਾਈਨ ਸਟਾਰ ਦਾ ਦੀਪਾ ਢੀਂਸਾ ਜੀ, ਜੀ ਕੇ ਬ੍ਰਦਰਸ ਕੰਸਟਰਕਸ਼ਨ, ਸਤਿੰਦਰ ਲਿੱਦੜ, ਜੋਵਨ ਗੋਸਲ ਜੀ, ਭੁਪਿੰਦਰ ਗੋਸਲ ਜੀ, ਵੈਸਟ ਜਨੀਕ ਹੋਮ, ਅੰਮ੍ਰਿਤਪਾਲ ਪੰਨੂ ਜੀ, ਦਲਜੀਤ ਖਟੜਾ ਜੀ, ਐਸ ਐਸ ਲਾਲੀ, ਡੀ ਐਲ ਕੋਂਕਰੀਟ ਕੰਸਟਰਕਸ਼ਨ ਲਿਮਿਟਡ, ਸਤਨਾਮ ਲਿੱਦੜ ਜੀ, ਏ ਕੇ ਲੈਂਡਸਕੇਪ ਦੇ ਅਵਤਾਰ ਢੇਸੀ ਹੋਣਾ ਦਾ, ਜਸਵਿੰਦਰ ਘੁੰਮਣ ਜੀ, ਗੱਗੀ ਘੁੰਮਣ ਤੇ ਰਾਜੂ ਮਿਲਾ ਟਰੈਕਿੰਗ, ਸਾਰੇ ਭਰਾਵਾਂ ਦਾ ਵਿਸ਼ੇਸ਼ ਇੱਧਰ ਵੇਖਾਂਗੇ। ਕਬੱਡੀ ਪਰਸਰਾਮਪੁਰੀ ਜੱਸਾ, ਇਸ ਸਮੇਂ ਸਿੱਧਵਾਂ ਵਾਲੇ ਨੇ ਤਕੜੀ ਕਬੱਡੀ ਖੇਡੀ, ਆ ਪੰਡਾਲ ਦੋਨੇ ਵਾਲਾ ਵਧੀਆ ਜਾਫੀ ਹੋਇਆ। ਜੱਸਾ ਇੱਧਰ ਹੁਣ ਪਰਸਰਾਮਪੁਰੀ ਆ ਜੱਗਾ ਕੋਸ਼ਿਸ਼ ਕਰਦਾ ਚਿੱਟੀ ਵਾਲਾ ਪਰ ਪੁਆਇੰਟ ਤਾਵੀ ਦਾ ਹਲਕੀ ਹਲਕੀ ਸਮਾਇਲ ਦੋਨਾਂ ਦੇ ਮੂੰਹ ਤੇ ਆ, ਬਹੁਤ ਸੋਹਣਾ ਪੁਆਇੰਟ ਪਰਸਰਾਮਪੁਰੀ ਧਰਤੀ ਦਾ ਇੱਕ ਅੰਕ ਦਾ ਵੱਧ। ਹੈਪੀ ਆ ਮਨਜੀਤ ਢੀਂਡਸਾ ਜੀ, ਇਹ ਆ ਹੈਪੀ ਸਮੇਂ ਕੋਟ ਭਾਈ ਵਾਲਾ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ, ਆ ਦੂਸਰੇ ਪਾਸੇ ਹੁਣ ਵੇਖਾਂਗੇ ਜੰਡਿਆਲੇ ਮੰਜਕੀ ਵਾਲਾ ਪਰ ਪੁਆਇੰਟ। ਹੈਪੀ ਕੰਗ ਦਾ ਵਾਧਾ ਖੇਡ ਮੈਦਾਨ ਦੇ ਵਿੱਚ ਜ਼ੋਰ ਲੱਗਿਆ ਹੋਇਆ ਸ਼ੰਭੂ ਭਰੋਲੀ ਦਾ, ਆ ਜੀਵਨ ਸ਼ੇਰਗਿੱਲ ਦਾ, ਜੰਡਿਆਲੇ ਵਾਲਾ ਜਤਿੰਦਰ ਵੀ ਮੇਨ ਪ੍ਰਬੰਧਕ ਹੈ, ਦੂਜੇ ਪਾਸੇ ਬਲਰਾਜ ਸੰਘੇ ਹੋਣਾ ਦਾ ਤੇ ਨਾਲ ਖੁਸ਼ੀ ਤੁਗਿਆਂ ਵਾਲਾ ਤੇ ਨਾਲ ਬੱਬਲ ਸੰਗਰੂਰ ਜੀ, ਸੁੱਖ ਬਰਾੜ ਜੀ ਇਸ ਸਮੇਂ ਟੀਮ ਖਿਡਾ ਰਹੇ ਨੇ ਸਾਰੇ ਭਰਾਵਾਂ ਦਾ। ਲਓ ਫਿਰ ਅਗਲੀ ਕਬੱਡੀ, ਉਧਰ ਸੰਧੂ ਪੈਂਥਰ ਟਰੈਕਿੰਗ ਯੂਐਸਏ, ਇਹਨਾਂ ਭਰਾਵਾਂ ਦਾ ਵੀ ਰਾਜਾ ਬਾਈ ਕਹਿੰਦਾ ਧੰਨਵਾਦ ਕਰਦੇ ਹੋ। ਵਿਸ਼ਾਲ ਪਰਸਰਾਮਪੁਰ, ਵਿਸ਼ਾਲ ਪੰਡਿਤ ਜੀ, ਨੀਲੂ ਮਹੇੜੂ, ਹਰਦੀਪ ਰੌਣੀ, ਬੱਲੀ ਮਹੇੜੂ, ਨਾਲ ਲਾਰਡ ਜੋਲ ਆਸਟ੍ਰੇਲੀਆ, ਹੈਪੀ ਬਹਾਲੀ, ਵਿਸ਼ਾਲ ਪੰਡਿਤ ਪਰਸਰਾਮਪੁਰ, ਸਾਰੀ ਮਨਜੋਤ ਭਰਾ ਹੋਣਾ ਦਾ ਧੰਨਵਾਦ। ਲਓ ਇੱਕ ਇੱਕ ਕਬੱਡੀ ਬਾਕੀ ਹੈ ਚੱਲਦੇ ਹੋਏ ਮੁਕਾਬਲੇ ਦੀ, ਬੜਾ ਹੀ ਤਕੜਾ 17-17 ਦਾ ਜੋ ਹਾਫ ਸਮੇਂ ਦੇ ਪੁਆਇੰਟ ਸੀ, ਫਾਈਨਲ ਦੇ ਪੁਆਇੰਟ ਵੇਖਾਂਗੇ ਕੀ ਹੋਣਗੇ। ਲਓ ਰੱਜੀ ਗੁੰਦਲ ਲੈਂਦੇ ਪੰਜਾਬ ਪਾਕਿਸਤਾਨ ਵਾਲਾ, ਆ ਦੂਜੇ ਪਾਸੇ ਵੀ ਪਾਕਿਸਤਾਨ ਵਾਲਾ ਵੈਸੇ ਅੱਟ ਕੋਸ਼ਿਸ਼ ਕਰਦਾ ਪਰ ਪੁਆਇੰਟ ਰੱਜੀ ਗੁੰਦਲ ਇੱਕ ਅੰਕ ਦਾ ਵਾਧਾ। ਨਨਕਾਣਾ ਸਾਹਿਬ ਕਬੱਡੀ ਕਲੱਬ ਲਈ ਇੱਕ ਅੰਕ ਦਾ ਵਾਧਾ ਕਰ। ਚੱਲ ਹੀਰਿਆ ਮੈਨੂੰ ਲੱਗਦਾ ਫੈਸਲੇ ਵਾਲੀ ਕਬੱਡੀ ਲੱਗਦੀ ਆ, ਜਿਹੜੇ ਇੱਕ ਕਬੱਡੀ ਰਹਿੰਦੀ ਸੀ ਪਵਾ ਦਿੱਤੀਆਂ। ਇਹ ਹੀਰਾ ਬੱਟ ਸਮੇਂ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ
ਦੂਸਰੇ ਪਾਸੇ ਪੁੱਠੀ ਉਹ ਨਾਣਾ ਸਮੇਂ ਤਲਵੰਡੀ ਵਾਲਾ ਪਾਉਂਦਾ ਹੁੰਦਾ ਸੀ ਉਸੇ ਤਰ੍ਹਾਂ ਦੀ ਆ ਬਿੱਲਾ ਗੁੱਜਰ ਇਸ ਸਮੇਂ ਦੋਨੇ ਲੈਂਦੇ ਪੰਜਾਬ ਦੇ ਕਬੱਡੀ 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 ਲਾਸਟ ਕਬੱਡੀ ਦੇ ਆ ਜੱਫਾ ਜੱਫਾ ਵਾਹ ਸੋਹਣਿਆ ਨਹੀਂ ਰੀਸਾਂ ਤੇਰੀਆਂ ਲਾ ਤਕੜਾ ਜੱਫਾ ਇੱਕ ਅੰਗ ਦਾ ਬਿੱਲਾ ਗੁੱਜਰ ਇਸ ਸਮੇਂ ਇੱਕ ਅੰਗ ਦਾ ਚੱਕ ਵਾਲਾ ਫੈਸਲਾਬਾਦ ਵਾਲਾ ਮੈਨੂੰ ਲੱਗਦਾ ਟੀਮ ਦੇ ਜੱਫੇ ਨਾਲ ਦੇਖਾਂਗੇ ਕੀ ਪੁਆਇੰਟ ਬਣਦੇ ਆ ਕੀ ਗੱਲ ਬਣਦੀ ਆ ਯਾਦ ਪੰਜਾਬ ਕੇਸਰੀ ਹਾਂਜੀ ਢੇਸੀ ਸਾਹਿਬ ਹੈਲੋ।